ਨੀ ਮਾਰ ਸਾਡੇ ਪੰਜਾਬ ਨੂੰ 1947 ਦੇ ਵੇਲੇ ਜਦੋਂ ਰਲ ਮਿਲ ਕੇ ਸਾਡੇ ਜਿਹੜੇ ਪੰਜਾਬ ਦੇ ਵੀ ਲੀਡਰ ਰਹੇ ਉਸ ਸਮੇਂ ਦੇ ਸਾਡੇ ਪੰਜਾਬ ਨੂੰ ਵੰਡਿਆ ਸਾਡਾ ਅੱਧ ਵੰਡ ਕੇ ਇੱਕ ਦੇਸ਼ ਬਣਾ ਦਿੱਤਾ ਗਿਆ ਜਿਹੜਾ ਸੀ ਵੇਲੇ ਅੱਤਵਾਦ ਆਇਆ ਵੱਡਾ ਰੋਲ ਸਰਕਾਰਾਂ ਦਾ ਕਾਂਗਰਸ ਪਾਰਟੀ ਦੀ ਸ਼੍ਰੀਮਤੀ ਇੰਦਰਾ ਗਾਂਧੀ ਜਿਨ੍ਹਾਂ ਨੇ ਇਹ ਰੂਲ ਨਭਾਇਆ ਕਿ ਤਰਕੇ ਜਿਹੜੇ ਨਸੀ ਜਿੰਨੇ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਆ ਰੂਲ ਕੇ ਰੱਖਤੀ ਆ ਚੁੱਲਿਆਂ ਦੇ ਘਾਓਗ ਪਿਆ ਕਈ ਪਰਿਵਾਰ ਤਿੰਨ ਤਿੰਨ ਚਾਰ ਚਾਰ ਪੁੱਤ ਸਨ ਮਾਵਾਂ ਦੇ ਤਿੰਨੇ ਤਿੰਨੇ ਚਾਰੇ ਚਾਰੇ ਇਸ ਜਾਨ ਤੋਂ ਚਲ ਗਏ ਸਾਰਾ ਕੁਝ ਕੀਤਾ ਕਰਾਇਆ ਇਹ ਰਵਾਇਤੀ ਪਾਰਟੀਆਂ ਪੁਰਾਣੀਆਂ ਸਰਕਾਰਾਂ ਨੇ ਕੀਤਾ ਕਰਾਇਆ ਤੁਹਾਡੀ ਸਰਕਾਰ ਦਰਾਂ ਨੂੰ ਭਾਵੇਂ 8 ਮਹੀਨੇ ਦਾ ਸਮਾਂ ਦਿਆ ਕਿੰਨਾ ਕੁ ਫਰਕ ਦੇ ਹੁਣ 8 ਮਹੀਨੇ ਜਿਹੜੇ ਲੰਘਿਆ ਸਾਡੀ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਜਾਂ ਕੋਈ ਆਗੂ ਨਾ ਤੇ ਕਿਸੇ ਨੂੰ ਥਾਣੇ ਤੋਂ ਛਡਾਉਣ ਗਿਆ ਕਿਸੇ ਨਸ਼ਾ ਵੇਚਣ ਵਾਲੇ ਨੂੰ ਨਾ ਕਿਸੇ ਗੈਂਗਸਟਰ ਦੀ ਸ਼ਿਫਾਰਿਸ਼ ਕੀਤੀ ਇਹ ਹੂਟ ਦਾ ਮੈਟਰ ਆ ਹੂਟ ਨੇ ਆਦੇਸ਼ ਦਿੱਤੇ ਆ ਕਿ ਇਹ ਘਰ ਜਿਹੜੇ ਆ ਢਾਕੇ ਤੇ ਇੰਪਰੂਵਮੈਂਟ ٹرسٹ ਦੀ ਜ਼ਮੀਨ ਹੈ ਉਹਨੂੰ ਦਿੱਤੀ ਜਾਵੇ ਕਿੰਸਾ ਹੋਵੇਗਾ ਕਿਸੇ ਨੇ ਧੱਕਾ ਨਹੀਂ ਹੋਣਾ ਬੀਪੀਆਂ ਪਿੰਡਾਂ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਤੁਹਾਡੇ 100000 ਰੁਪਏ ਦੇ ਇੰਤਜ਼ਾਰ ਕਰ ਰਹੇ ਹਾਂ ਕਿ ਕੋਵਾਂ ਸਰਕਾਰ ਨੇ ਵੱਡਾ ਲੜ ਲਾਇਆ ਉਹ 100000 ਰੁਪਏ ਕਰ ਰਿਹਾ ਹੈ। ਵਿਰਵੀ ਕੀ ਕੀਆ ਕੁਦੂਮਾਰਾ ਦੀ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਮਾਨ ਸਰਕਾਰ ਗੁਰਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ੇਗੀ ਭਾਵੇਂ ਉਹ ਬਾਦਲ ਪਰਿਵਾਰ ਹੋਵੇ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਭਾਵੇਂ ਜਰਜੀ ਚੰਨੀ ਜਾਂ ਕੋਈ ਹੋਰ ਵੀ ਉਹਦੇ ਵਿੱਚ ਅਨਮੋਲ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਕੋ ਤੰਦ ਨਹੀਂ ਤਾਣਾ ਹੀ ਵਿਗੜਿਆ ਪਿਛਲੇ 75 ਸਾਲਾਂ ਦੇ ਵਿੱਚ ਇਹਨਾਂ ਨੇ ਨਸ਼ੇ ਨੂੰ ਗੈਂਗਸਟਰਵਾਦ ਨੂੰ ਇਹ ਜਿਹੜੇ ਬਦਮਾਸ਼ਾਂ ਨੂੰ ਉਹਨਾਂ ਨੂੰ ਪ੍ਰਮੋਟ ਕੀਤਾ ਇਹਨਾਂ ਰਵੈਤੀ ਪਾਰਟੀਆਂ ਨੇ ਜੇ ਕਾਲੀ ਦਲ ਦੀ ਸਰਕਾਰ ਰਹੀ ਉਹਨਾਂ ਨੇ ਗੁੰਡੇ ਪੈਦਾ ਕੀਤੇ ਜੇ ਕਾਂਗਰਸੀ ਰਹੀ ਮੈਂ ਇਸ ਗੱਲ ਦੇ ਬਾਰੇ ਪੂਰਾ ਸਕਟਿਆਂ ਪੁਲਸ ਅਫਸਰਾਂ ਨੂੰ ਵੀ ਇਹ ਨਿਰਦੇਸ਼ ਕੀਤੇ ਆ ਪਟਿਆਲਕੇ ਦੇ ਵਿੱਚ ਕਿ ਜੇ ਕੋਈ ਸਾਡਾ ਆਗੂ ਵੀ ਕਿਸੇ ਹਰੋਨਸਮੈਕ ਵਾਲੇ ਦੇ ਗੈਂਗਸਟਰ ਵਾਲ ਦੇ ਮਗਰ ਗੈਂਗਸਟਰ ਵਾਦੀ ਸਪਾਰਸ਼ ਕਰਦਾ ਤੇ ਪਛਾ ਕੇ ਸਾਡੇ ਆਗੂਆਂ ਦੇ ਵੀ ਪਰਚਾ ਦਰਜ ਕਰ ਦੋ 2027 ਦੇ ਵਿੱਚ ਅਸੀਂ ਵੋਟ ਮੰਗਣ ਫੇਰ ਆਵਾਂਗੇ ਜੇ ਲੋਕਾਂ ਦੀ ਹੱਕ ਰੱਸੀ ਕਰਾ ਸਕੀ ਜੇ ਲੋਕਾਂ ਦੇ ਹੱਕਾਂ ਦੇ ਪਹਿਰਾ ਦੇ ਸਕੀ ਸਤਿ ਸ੍ਰੀਕਾਲ ਜੀ ਮੈਂ ਗੁਰਨਾਮ ਸਿੰਘ ਬਿਲਗਾ ਤੇ ਇਸ ਵਕਤ ਹਲਕਾ ਪੱਟੀ ਦੇ ਵਿੱਚ ਮੌਜੂਦ ਹਾਂ ਸਰਦਾਰ ਲਾਲਜੀਤ ਸਿੰਘ ਪੁੱਲਾ ਟ੍ਰਾਂਸਪੋਰਟ ਮੰਤਰੀ ਮੇਰੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਾਂ ਕਰਾਂਗੇ ਕਿ 8 ਮਹੀਨੇ ਦੀ ਸਰਕਾਰ ਦੀ ਕਾਰਜਕਾਰੀ ਕੀ ਰਹੀ ਰਿਸ਼ਵਤ ਤੇ ਕਿੰਨੀ ਕੁ ਲਗਾਮ ਲੱਗੀ ਆ ਤੇ ਦਿੱਲੀ ਨੂੰ ਜਾਂਦੀਆਂ ਖਾਸ ਕਰਕੇ ਪੀਆਰਟੀਸੀ ਦੀਆਂ ਉਹ ਬੱਸਾਂ ਜਿਹੜੀਆਂ ਪ੍ਰਾਈਵੇਟ ਅਜਾਇਰਦਾਰੀ ਤੋਂ ਕਿਤੇ ਨਾ ਕਿਤੇ 2-4 ਹੋ ਰਹੀਆਂ ਨੇ ਉਹ ਸਾਰੀ ਤਮਾਮ ਜਾਣਕਾਰੀ ਲਵਾਂਗੇ ਲਾਲਜੀਤ ਪੁੱਲਾ ਜੀ ਤੋਂ ਲਾਲਜੀਤ ਪੁੱਲਾ ਜੀ ਸਤਿ ਸ੍ਰੀਕਾਲ ਜੀ ਇਹ ਧੰਨਵਾਦ ਆਦਾ ਬਿਲਗਾ ਸਾਹਿਬ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਨਾ ਚੀਜ਼ ਨੂੰ ਸੰਗਤ ਦੇ ਰੂਪ ਰੂਪ ਹੁੰਦਾ ਮੁੱਖ ਦਿੱਤਾ ਜੀ ਪੱਲੂ ਸਾਹਿਬ 8 ਕੁ ਮਹੀਨੇ ਦਾ ਸਮਾਂ ਲੱਗ ਪੱਗ ਆਪਾਂ ਮੰਨ ਲਈਏ ਸਰਕਾਰ ਦਾ ਮੋٹے ਤੌਰ ਤੇ ਜੇ ਆਪਾਂ ਦੇਖਿਆ ਜਾਵੇ ਤੇ ਸਰਕਾਰ ਜਿਹੜੇ ਰਿਸ਼ਵਤ ਦੇ ਵਿਰੋਧਤਾ ਕਰਦੇ ਹੋਏ ਲੋਕਾਂ ਚ ਆਈ ਸੀਗੀ ਸਿੱਖਿਆ ਨੂੰ ਲੈ ਕੇ ਆਈ ਸੀਗੀ ਸਿਹਤ ਸਹੂਲਤਾਂ ਨੂੰ ਕਿੱਥੇ ਪਹੁੰਚੇ ਹੈ ਜੀ ਮੇਖੋ ਅੱਗੇ ਜੇ ਆਪਾਂ ਥਾਣੇ ਦੀ ਕਚਹਿਰੀ ਦੀ ਬਿਜਲੀ ਦਫ਼ਤਰਾਂ ਦੀ ਗੱਲ ਕਰ ਲਈਏ ਇਹ ਇਸ ਵਾਰ ਇਸ ਗੱਲ ਦੇ ਖੁਦ ਕਿਸਾਨ ਵੀਰ ਵੀ ਸਾਡੇ ਗਵਾਹ ਨੇ ਕਿ ਅੱਗੇ ਜੇ ਕਿਸੇ ਭਰਾ ਦਾ ਕਿਸਾਨ ਦਾ ਟਰਾਂਸਫਾਰਮ ਸੜ ਜਾਣਾ ਤੇ 5000 ਰੁਪਏ ਪੱਕੀ ਜਈ ਨੇ ਫੀਸ ਜਿਹੜੀ ਸਿਲੈਕਟ ਕੀਤੀ ਹੁੰਦੀ ਵੀ 5000 ਦੋਗੇ ਤੇ ਟਰਾਂਸਫਰ ਮਿਲਣਾ ਇਸ ਵਾਰ ਜਿਹੜੇ ਜਿਹੜੇ ਸੜੇ ਟਰਾਂਸਫਰ ਉਹਨਾਂ ਦਾ ਵੀ 1 ਰੁਪਿਆ ਨਹੀਂ ਲੱਗਾ ਤੇ ਜੇ ਕਿਸੇ ਦੀਆਂ ਬੈਕਾਂ ਦੇ 24 ਘੰਟੇ ਵਾਲੀ ਬਿਜਲੀ ਜਾਂ ਆਪਣੀਆਂ ਮੋਟਰਾਂ ਜੇ ਜੇ ਕਿਸੇ ਦੀਆਂ 6-7 ਓਵਰਲੋਡ ਟਰਾਂਸਫਾਰਮ ਚੱਲਦਾ ਸੀ ਨਵੇਂ ਟਰਾਂਸਫਾਰਮ ਮਿਲੇ ਤੇ ਬਿਨਾ ਪੈਸੇ ਤੋਂ ਬਿਨਾ ਰਿਸ਼ਵਤ ਤੋਂ ਮਿਲੇ ਆ ਜੇ ਠਾਣੇ ਕਚੈਰੀ ਪਟਵਾਰੀ ਕੋ ਆਪਾਂ ਜਾਣੇ ਹਾਂ ਜਿੰਨੇ ਰਿਸ਼ਵਤ ਦੇਣੀ ਪੈਸੇ ਦੇਣੇ ਉਸ ਦਾ ਕੰਮ ਹੋਣਾ ਦੂਜੇ ਨੇ ਉਤਰਾ ਰਹਿ ਜਾਣਾ ਤੇ ਮੈਂ ਆਪਣੇ ਪੱਟੀ ਹਲਕੇ ਦੀ ਗੱਲ ਕਰਦਾ ਸਾਡੇ ਇੱਥੇ ਇਹ ਤਹਿਸੀਲਦਾਰ ਨਾ ਤਹਿਸੀਲਦਾਰ ਪਟਵਾਰੀ ਜੇ ਕੋਈ ਭੈਣ ਭਰਾ ਹੁਣ ਕੰਮ ਜਾਂਦਾ ਤੇ ਜੇ ਕੋਈ ਇੱਕ ਥਾਪੜ ਕੇ ਕਹਿ ਦਿੰਦਾ ਜੇ ਕਿਤੇ ਦਿੱਕਤ ਆਉਂਦੀ ਵੀ ਆ ਪਰੇਸ਼ਾਨੀ ਆਉਂਦੀ ਆ ਕਿਤੇ ਨਾ ਕਿਤੇ ਕਿਉਂਕਿ ਪ੍ਰਾਣੀਆਂ ਆਤਾਂ ਪਈਆਂ ਤੇ ਜੇ ਕੋਈ ਇੱਕ ਥਾਪੜ ਕੇ ਕਹਿ ਦਿੰਦਾ ਨਾ ਵੀ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਪਾਈਏ ਇਸ ਕਰਕੇ ਸਰਕਾਰ ਲਿਆਂਦੀ ਆ ਕਿ ਚੰਗੇ ਕੰਮ ਹੋਣ ਰਿਸ਼ਵਤਖੋਰੀ ਬੰਦ ਹੋਵੇ ਤੇ ਮੈਂ ਲਾਵਾਂ ਲਾਲਜੀਤ ਭੁੱਲਰ ਨੂੰ ਫੋਨ ਤੇ ਉਸੇ ਵੇਲੇ ਭਾਵੇਂ ਰਿਸ਼ਤੀ ਕਰਨ ਵਾਲਾ ਹੋਵੇ ਨੰਬਰ ਲਾ ਕੇ ਦੇਣ ਵਾਲਾ ਉਸੇ ਵੇਲੇ ਕੰਮ ਹੁੰਦਾ ਇਹ ਨਹੀਂ ਪਿਛਲੀਆਂ ਸਰਕਾਰਾਂ ਅੰਗ ਵੀ ਉਹ ਜੇ ਕਹਿਣ ਵੀ ਲਾਈਏ ਅਸੀਂ ਐਮਐਲਏ ਮੰਤਰੀ ਨੂੰ ਤੇ ਤਹਿਸੀਲਦਾਰ ਪਟਵਾਰੀ ਅੱਗੋਂ ਸੈਟਿੰਗਾਂ ਕੀਤੀਆਂ ਨੇ ਉਹ ਕਹਿੰਦੇ ਲਾਲਾ ਕੋਈ ਗੱਲ ਨਹੀਂ ਤੇਰੇ ਤੋਂ ਪਹਿਲਾਂ ਮੈਂ ਮਿਲ ਕੇ ਆਂ ਤੇ ਉਹ ਜਿਹੜੀ ਰਿਸ਼ਵਤਖੋਰੀ ਆ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਜਿਹੜੀ ਉਹ ਨਕੇਲ ਕੱਸੀ ਪਈ ਆ ਅੱਗੇ ਵਾਲੇ ਕੰਮ ਨਹੀਂ ਰਹੇ ਭੀ ਜੇ ਕੋਈ ਪੈਸੇ ਦਊ ਤੇ ਉਹਦੇ ਕੰਮ ਹੋਣੇ ਆ ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਜ਼ੀਰੋ ਟੋਲਰੈਂਸ ਜਿਹੜੀ ਕਰਪਸ਼ਨ ਆ ਬਿਲਕੁਲ ਖਤਮ ਹੋ ਗਈ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਭ ਤੋਂ ਵੱਡੀ ਮਾਰ ਸਾਡੇ ਪੰਜਾਬ ਨੂੰ ਵੱਜੀ ਆ ਨਸ਼ਿਆਂ ਦਾ ਜਿਹੜਾ ਸ਼ੀਵਾ ਦਰਿਆ ਕਿਉਂਕਿ ਉਹ ਜਿਹੜਾ ਸ਼ੀਵਾ ਦਰਿਆ ਉਹਨੇ ਸਾਡੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਤਾ ਪਹਿਲੀ ਮਾਰ ਸਾਡੇ ਪੰਜਾਬ ਨੂੰ 1947 ਦੇ ਵੇਲੇ ਜਦੋਂ ਸਰਕਾਰਾਂ ਨੇ ਰਲ ਮਿਲ ਕੇ ਸਾਡੇ ਜਿਹੜੇ ਪੰਜਾਬ ਦੇ ਵੀ ਲੀਡਰ ਰਹੇ ਉਸ ਸਮੇਂ ਦੇ ਸਾਡੇ ਪੰਜਾਬ ਨੂੰ ਵੰਡਿਆ ਅੱਧਾ ਪੰਜਾਬ ਸਾਡਾ ਪਾਕਿਸਤਾਨ ਨੂੰ ਦੇਤਾ ਤੇ ਅੱਧਾ ਪੰਜਾਬ ਇੱਧਰ ਰਹਿ ਗਿਆ ਉਦੋਂ ਸਾਡੇ ਖਾਸ ਕਰਕੇ ਬਾਜੇ ਨੂੰ ਮਾਰ ਵਜੇ ਸਾਡਾ ਅੱਧ ਵੰਡ ਕੇ ਇੱਕ ਦੇਸ਼ ਬਣਾ ਦਿੱਤਾ ਗਿਆ ਦੋ ਭਰਾ ਜੇ ਇਕੱਠੇ ਰਹਿਣ ਇੱਕੋ ਵਿੜਾ ਹੋਵੇ ਤੇ ਬੱਚੇ ਖੇਡਦੇ ਸੋਹਣੇ ਲੱਗਦੇ ਆ ਧੀਆਂ ਭੈਣਾ ਉੱਥੇ ਬੈਠੀਆਂ ਸੋਹਣੀਆਂ ਲੱਗਦੀਆਂ ਤੇ ਜਦੋਂ ਉਸੇ ਘਰ ਦੇ ਵਿੱਚ ਕੰੰਧ ਵਾਜੇ ਦੋ ਭਰਾ ਡਾਡ ਹੋ ਜਾਣ ਇੱਕ ਜਗ੍ਹਾ ਥੋੜੀ ਹੋ ਜਾਂਦੀ ਹੈ ਤੇ ਇੱਕ ਇੱਕ ਦੂਜੇ ਨਾਲ ਹੀ ਵੈਰ ਵਿਰੋਧ ਪੈਦਾ ਹੋਣੇ ਸ਼ੁਰੂ ਉਸੇ ਤਰ੍ਹਾਂ ਇਹਨਾਂ ਲੀਡਰਾਂ ਨੇ ਸਾਡੇ ਪੰਜਾਬ ਨੂੰ ਵੰਡ ਕੇ ਇੱਕ ਦੇਸ਼ ਬਣਾ ਕੇ ਇੱਕ ਤੇ ਪਾਕਿਸਤਾਨ ਹਿੰਦੁਸਤਾਨ ਦੀ ਜਿਹੜੀ ਕੰੰਧ ਕੀਤੀ ਉਹਦੇ ਚ ਸਾਡਾ ਵੱਡਾ ਨੁਕਸਾਨ ਹੋਇਆ 47 ਵੇਲੇ 47 ਤੋਂ ਬਾਅਦ 65 71 ਦੀਆਂ ਲੜਾਈਆਂ ਲੱਗਦੀਆਂ ਆ ਫੇਰ ਇੱਥੇ ਨੁਕਸਾਨ ਹੁੰਦਾ ਰਿਹਾ 84 ਵੇਲੇ ਅੱਤਵਾਦ ਆਇਆ ਵੱਡਾ ਰੋਲ ਸਰਕਾਰਾਂ ਦਾ ਕਾਂਗਰਸ ਪਾਰਟੀ ਦੀ ਸ਼੍ਰੀਮਤੀ ਇੰਦਰਾ ਗਾਂਧੀ ਜਿਨ੍ਹਾਂ ਨੇ ਇਹ ਰੂਲ ਨਿਭਾਇਆ ਸਾਡੇ ਪੰਜਾਬ ਦਾ ਉਦੋਂ ਸਾਡੀ ਨੌਜਵਾਨੀ ਤਕਰੀਬਨ ਖਤਮ ਕਰ ਦਿੱਤੀ ਗਈ ਪਾਵੇਂ ਕੋਈ ਸਿੱਖ ਸਾਡਾ ਭਰਾ ਸੀ ਜਾਂ ਕੋਈ ਹਿੰਦੂ ਸਾਡਾ ਭਰਾ ਹੈਗੇ ਤੇ ਅਸੀਂ ਇੱਕੋ ਹੀ ਆ ਨਾ ਇਹ ਵੇਖੋ ਜੇ ਕਿਸੇ ਤੇ ਸੱਟ ਲੱਗੇ ਤੇ ਲਾਲ ਰੰਗ ਦਾ ਲਹੂ ਨਿਕਲਦਾ ਇਹ ਮਜਬੂਰੀ ਨਹੀਂ ਸਿਕਾਉਂਦਾ ਕਿ ਅਸੀਂ ਧਰਮਾਂ ਤੇ ਜਾਤਾਂ ਪਾਤਾਂ ਦੇ ਨਾਂ ਤੇ ਇੱਕ ਦੂਜੇ ਨੂੰ ਮਾਰ ਗਏ ਜਾਂ ਕੋਈ ਕਿਸੇ ਤੇ ਅਸੀਂ ਇਲਜ਼ਾਮ ਲਾਈਏ ਸਾਡੇ ਪਰਿਵਾਰ ਨੇ ਹਿੰਦੂ ਵੀ ਸਾਡੇ ਭਰਾ ਨੇ ਸਿੱਖ ਵੀ ਸਾਡੇ ਭਰਾ ਨੇ ਅਸੀਂ ਪਰਿਵਾਰਾਂ ਦੀ ਤਰ੍ਹਾਂ ਸਾਂ ਤੇ ਇਹਨਾਂ ਸਰਕਾਰਾਂ ਨੇ 84 ਦੇ ਵੇਲੇ ਵੀ ਬੜਾ ਨੁਕਸਾਨ ਕੀਤਾ ਫਿਰ ਜੇ ਅਸੀਂ ਪੈਰਾਂ ਸਿਰੇ ਹੋਣ ਲੱਗੇ ਤੇ ਹਿਰੋਇਨ ਸਮੈਕ ਚਿੱਟੇ ਵਰਗੇ ਜਿਹੜੇ ਨਸ਼ੀ ਜਿੰਨੇ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਆ ਰੂਲ ਕੇ ਰੱਖਤੀ ਆ ਚੁੱਲਿਆਂ ਤੇ ਕਾਹ ਉਗ ਪਿਆ ਕਈ ਪਰਿਵਾਰ ਤਿੰਨ ਤਿੰਨ ਚਾਰ ਚਾਰ ਪੁੱਤ ਸਨ ਮਾਵਾਂ ਦੇ ਤਿੰਨੇ ਤਿੰਨੇ ਚਾਰੇ ਚਾਰੇ ਇਸ ਜਾਨ ਤੋਂ ਚਲ ਗਏ ਇਸ ਚਿੱਟੇ ਦੀ ਮਾਰ ਨੇ ਖਤਮ ਕਰਤਾ ਕੁਝ ਜਿਹੜੇ ਸਾਡੇ ਨੌਜਵਾਨ ਬੱਚੇ ਇਸ ਚਿੱਟੇ ਦੀ ਮਾਰ ਤੋਂ ਵਿਦੇਸ਼ਾਂ ਹਲ ਵੀਰਾਂ ਘੱਟ ਗਏ ਜੇ ਅੱਜ ਆਪਾਂ ਪੰਜਾਬ ਦੀ ਖਾਸ ਕਰਕੇ ਮਾਝੇ ਦੀ ਗੱਲ ਕਰੀਏ ਤੇ ਸਾਡੇ ਤਕਰੀਬਨ ਇਹੋ ਜਿਹੇ ਤੁਹਾਨੂੰ ਘਰ ਵੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਵਿੱਚ ਜਾਂ ਤੇ ਦੂਜੀਆਂ ਸਟੇਟਾਂ ਤੋਂ ਪ੍ਰਵਾਸੀ ਆ ਕੇ ਰਹਿੰਦੇ ਆ ਤੇ ਜਾਂ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਟੀਕੇ ਲਾਉਣ ਨਾਲ ਓਵਰਡੋਜ਼ ਹੋਣ ਕਰਕੇ ਮੌਤਾਂ ਆਈਆਂ ਜਵਾਨ ਉਮਰਾਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੇ ਘਰ ਉਜੜ ਗਏ ਆ ਬੜਾ ਵੱਡਾ ਨੁਕਸਾਨ ਤੇ ਜਿਹੜੀਆਂ ਸਾਰਾ ਕੁਝ ਕੀਤਾ ਕਰਾਇਆ ਇਹ ਰਵਾਇਤੀ ਪਾਰਟੀਆਂ ਪੁਰਾਣੀਆਂ ਸਰਕਾਰਾਂ ਨੇ ਕੀਤਾ ਕਰਾਇਆ ਮਾਨ ਸਰਕਾਰ ਦਾ ਸਾਡਾ ਇਹੋ ਏਜੰਡਾ ਕਿ ਹੀਰੋਇਨ ਸਮੈ ਕਰਕੇ ਜ਼ਹਿਰ ਜਿਹੜੇ ਆ ਉਹ ਸਾਡੇ ਪੰਜਾਬ ਚੋਂ ਖਤਮ ਹੁਣ ਸਾਡਾ ਪੰਜਾਬ ਮੋੜ ਤੋਂ ਲਿਆਂ ਤੇ ਆਵੇ ਤੇ ਅਸੀਂ ਖੁਦ ਅਸੀਂ ਖੁਦ ਹਰੇਕ ਐਮਐਲਏ ਕੇ ਕੇਐਮਐਲਏ ਸੰਸੀਰ ਆ ਕਿ ਸਾਡੇ ਹਲਕੇ ਚੋਂ ਸਾਡੇ ਇਹ ਹਲਕੇ ਦੇ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਇਹ ਜ਼ਹਿਰ ਜਿਹੜਾ ਖਤਮ ਹੋਵੇ ਤਾਂ ਜੋ ਸਾਡੀ ਨੌਜਵਾਨੀ ਮੋੜ ਤੋਂ ਲੀਆਂ ਤੇ ਆਵੇ ਵੇਖੋ ਕਿਸੇ ਦੇਸ਼ ਦਾ ਸੂਬੇ ਦਾ ਜਾਂ ਇਲਾਕੇ ਦਾ ਜਿਹੜਾ ਨਾ ਜੇ ਭਵਿਕ ਚੰਗਾ ਆਵੇ ਤੇ ਉਹ ਭਵਿਕ ਚੰਗਾ ਨੌਜਵਾਨੀ ਬਣਾ ਸਕਦੇ ਨੌਜਵਾਨ ਬੱਚੇ ਬੱਚੀਆਂ ਹੀ ਬਣਾ ਸਕਦੇ ਆ ਤੇ ਮਾਨ ਸਰਕਾਰ ਨੇ ਇਸ ਨਸ਼ੇ ਨੂੰ ਜ਼ਹਿਰ ਨੂੰ ਖਤਮ ਕਰ ਲਈ ਖੇਡਾਂ ਵਤਨ ਪੰਜਾਬ ਦੀਆਂ ਅਜ ਤੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤੀਆਂ ਜੀ ਇਦੇ ਚ ਹਰੇਕ ਵਰਗ ਦੇ ਖਿਡਾਰੀ ਨੇ ਭਾਗ ਲਿਆ ਲੋਕਾਂ ਨੇ ਵੀ ਬੜੀ ਪ੍ਰਸ਼ੰਸਾ ਕੀਤੀ ਲੋਕਾਂ ਨੇ ਵਾਹ ਵਾਹ ਕੀਤੀ ਕਿ ਵਾਕੇ ਹੀ ਚੰਗੀ ਸਰਕਾਰ ਬਣੀ ਆ ਸਰਕਾਰ ਬਣਦਿਆਂ ਹੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਅੱਜ ਵੀ ਉਹ ਖੇਡਾਂ ਬਲਾਕ ਪੱਧਰ ਤੇ ਜ਼ਿਲ੍ਹੇ ਪੱਧਰ ਤੇ ਪੰਜਾਬ ਪੱਧਰ ਤੇ ਮੁੜ ਕੇ ਨੈਸ਼ਨਲ ਪੱਧਰ ਤੇ ਵੀ ਹੋਣ ਗਈਆਂ ਤੇ ਸਾਡੀ ਆਮ ਆਦਮੀ ਪਾਰਟੀ ਦਾ ਮਾਨ ਸਰਕਾਰ ਦਾ ਇੱਕੋ ਏਜੰਡਾ ਕਿ ਸਾਡੇ ਪੰਜਾਬ ਨੂੰ ਮੁੜ ਤੋਂ ਲੀਆਂ ਤੇ ਲਿਆਂਦਾ ਜਾਵੇ ਉਹ ਰੰਗਲਾ ਪੰਜਾਬ ਜਿਹੜਾ ਸਾਡਾ ਘੋਲਾਂ ਵਾਲਾ ਕਬੱਡੀਆਂ ਵਾਲਾ ਮੇਲਿਆਂ ਵਾਲਾ ਪੰਜਾਬ ਜਿਹੜਾ ਕਿ ਸਾਡੀਆਂ ਸਾਂਝਾਂ ਕਿੱਕਲੀਆਂ ਪੈਣੀਆਂ ਸਾਡੇ ਨੌਜਵਾਨਾਂ ਨੇ ਭੰਗੜੇ ਪਾਉਣੇ ਵਿਸਾਖੀ ਤੇ ਕਣਕ ਦੀ ਵਾਢੀ ਕਰਨੀ ਮੰਗਾ ਪਾਉਣੀਆਂ ਇੱਕ ਦੂਜੇ ਨਾਲ ਸਾਂਝਾਂ ਪੈਣੀਆਂ ਇਹਨਾਂ ਪੁਰਾਣੀਆਂ ਪਾਰਟੀਆਂ ਨੇ ਕਿਤੇ ਨਾ ਕਿਤੇ ਉਹ ਸਾਰਾ ਕੁਝ ਸਾਂਝਾਂ ਪਿਆਰ ਉਹ ਸਾਰਾ ਕੁਝ ਖਤਮ ਕਰਤਾ ਤੇ ਇਹ ਵੇਖੋ ਸਾਡਾ ਇਨਸਾਨ ਵੀ ਜਿਹੜਾ ਨਾ ਉਹ ਵੀ ਕਿਤੇ ਨਾ ਕਿਤੇ ਇਸ ਵਿਗਿਆਨਕ ਯੁੱਗ ਦੇ ਵਿੱਚ ਕਾਲਾ ਪੈ ਗਿਆ ਮੈਂ ਭੈਣਾ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਦੂਜੇ ਨਾਲ ਪਿੰਡਾਂ ਦੇ ਵਿੱਚ ਪਿਆਰ ਸਾਂਝਾਂ ਕਾਇਮ ਕਰਨ ਇਹਨਾਂ ਰਵੈਤੀ ਪਾਰਟੀਆਂ ਦੇ ਪਿੱਛੇ ਲਾ ਕੇ ਲੋਕਾਂ ਨੇ ਆਪਦੇ ਆਪਸ ਦੇ ਵਿੱਚ ਪਿਆਰ ਇੱਕ ਦੂਜੇ ਨਾਲ ਤਪਾਕ ਵਿਆਹਾਂ ਸ਼ਾਦੀਆਂ ਤੇ ਜਨਮ ਮਰਨ ਤੇ ਆਉਣਾ ਜਾਣਾ ਛੱਡਤਾ ਮੈਂ ਭੈਣਾ ਭਰਾਵਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਇੱਕ ਦੂਜੇ ਨਾਲ ਪ੍ਰੇਮ ਪਿਆਰ ਰੱਖਣਾ ਚਾਹੀਦਾ ਹੈ ਇੱਕ ਦੂਜੇ ਨਾਲ ਸਾਂਝ ਕਾਇਮ ਕਰਨੀ ਹੈ ਕਿਉਂਕਿ ਲੀਡਰਾਂ ਨੇ ਤੇ ਲੜਾ ਕੇ ਆਪ ਪਾਸੇ ਹੋ ਜਾਣਾ ਜੇ ਕਿਤੇ ਲੋਡ ਪਈ ਤੇ ਆਂਡ ਕਮਾਂਡ ਨਹੀਂ ਕੰਮ ਆਉਣਾ ਜਿਵੇਂ ਸਿਆਣੇ ਕਹਿੰਦੇ ਨਾ ਗਲੀ ਦੇ ਕੱਖ ਦੀ ਵੀ ਲੋਡ ਪੈ ਜਾਂਦੀ ਆ ਇਹ ਸਾਨੂੰ ਆਂਡ ਕਮਾਂਡ ਦੀ ਆਪਦੇ ਪਿੰਡ ਦੀ ਆਲਦੇ ਨਗਰ ਦੀ ਲੋਡ ਪਹਿਲਾਂ ਪਹਿਣੀ ਆ ਲੀਡਰਾਂ ਦੀ ਲੋਡ ਮਗਰੋਂ ਪਹਿਣੀ ਆ ਪੁਲਿਸ ਸਾਹਿਬ ਇਹ ਨਾਲ ਸਵਾਲ ਜੁੜਦਾ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਕਿ ਵਾਕਿਆ ਤੁਹਾਨੂੰ ਕੀ ਲੱਗਦਾ ਇਮਾਨਦਾਰੀ ਨਾਲ ਦੱਸਿਓ ਕਿ ਪਿਛਲੇ ਸਮੇਂ ਦੇ ਦੌਰਾਨ ਤੇ ਤੁਹਾਡੀ ਸਰਕਾਰ ਦਾ ਨਾਲ ਭਾਵੇਂ 8 ਮਹੀਨੇ ਦਾ ਸਮਾਂ ਹੋਇਆ ਕਿੰਨਾ ਕੁ ਫਰਕ ਦੇਖਦੇ ਆ ਵੇਖੋ ਤੰਦ ਨਹੀਂ ਤਾਣਾ ਹੀ ਵਿਗੜਿਆ ਪਿਛਲੇ 75 ਸਾਲਾਂ ਦੇ ਵਿੱਚ ਇਹਨਾਂ ਨੇ ਨਸ਼ੇ ਨੂੰ ਗੈਂਗਸਟਰਵਾਦ ਨੂੰ ਇਹ ਜਿਹੜੇ ਬਦਮਾਸ਼ ਹਨ ਉਹਨਾਂ ਨੂੰ ਪ੍ਰੋਮੋਟ ਕੀਤਾ ਇਹਨਾਂ ਰਵੈਤੀ ਪਾਰਟੀਆਂ ਨੇ ਜੇ ਕਾਲੀ ਦਲ ਦੀ ਸਰਕਾਰ ਰਹੀ ਉਹਨਾਂ ਨੇ ਗੁੰਡੇ ਪੈਦਾ ਕੀਤੇ ਜੇ ਕਾਂਗਰਸ ਦੀ ਰਹੀ ਉਹਨਾਂ ਗੁੰਡੇ ਪੈਦਾ ਕੀਤੇ ਹੁਣ 8 ਮਹੀਨੇ ਜਿਹੜੇ ਲੰਘਿਆ ਸਾਡੀ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਜਾਂ ਕੋਈ ਆਗੂ ਨਾ ਤੇ ਕਿਸੇ ਨੂੰ ਥਾਣੇ ਤੋਂ ਛਡਾਉਣ ਗਿਆ ਕਿਸੇ ਨਸ਼ਾ ਵੇਚਣ ਵਾਲੇ ਨੂੰ ਨਾ ਕਿਸੇ ਗੈਂਗਸਟਰ ਦੀ ਸ਼ਿਫਾਰਿਸ਼ ਕੀਤੀ ਤੇ ਵੇਖੋ ਪਹਿਲੀਆਂ ਸਰਕਾਰਾਂ ਜੇ ਆਪਾਂ ਵੇਨਿਉਂ ਨੇ ਲੀਡਰਾਂ ਨੇ ਸਟੇਜ ਤੋਂ ਸਪੀਚ ਕਰਨੀ ਤੇ ਕਹਿਣਾ ਕਿ ਨਸ਼ਾ ਵੇਚਣ ਵਾਲੇ ਜਿਹੜੇ ਉਹਨਾਂ ਦੀ ਲਿਸਟ ਬਣਾ ਕੇ ਤੇ ਉਹ ਥਾਣੇ ਤੇ ਨਾਲ ਸਾਈਡਾਂ ਤੇ ਖਿਲਾਾਰੇ ਹੋਣੇ ਨਸ਼ਾ ਵੇਚਣ ਵਾਲੇ ਸਾਡੇ ਨਾਲ ਜੇ ਸਾਡੀ ਪਾਰਟੀ ਦੇ ਵਿੱਚ ਜੇ ਕੋਈ ਗਲਤੀ ਨਾ ਸ਼ਾਮਲ ਵੀ ਹੋ ਜੇ ਤੇ ਅਸੀਂ ਉਹਦਾ ਬਾਈਕਾਟ ਕਰਦੇ ਹਾਂ ਇਹੋ ਜੀ ਗੱਲ ਨਹੀਂ ਵੇਖੋ ਮੈਂ ਅਕਾਲੀ ਦਲ ਕਾਂਗਰਸ ਦੇ ਨੁਮਾਇੰਦਿਆਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਗਲਤ ਅੰਸਰ ਆਹੇ ਰਿਨ ਸਮੈਗ ਵੇਚਣ ਵਾਲੇ ਜਾਂ ਗੈਂਗਸਟਰ ਜਿਹੜੇ ਗਲਤ ਸਾਡੇ ਸਮਾਜ ਦੇ ਵਿੱਚ ਮੈਸੇਜ ਦਿੰਦੇ ਆ ਨੌਜਵਾਨਾਂ ਨੂੰ ਪਟਕਾਉਂਦੇ ਆ ਗਲਤ ਰਾਹ ਤੇ ਪਾਉਂਦੇ ਆ ਉਹ ਹੁਣ ਆ ਵੇਖੋ ਅ ਸਰੀਆਲੀ ਆਰ ਪੀਜੀ ਦਾ ਅਟੈਕ ਹੋਇਆ ਤੇ ਚਾਰ ਨੌਜਵਾਨਾਂ ਨੂੰ ਫੜੇ ਗਏ ਉਹ ਸਿਰਫ ਪਟਕ ਕੇ ਗਲਤ ਰਸਤੇ ਤੇ ਗਏ ਤੇ ਸਾਰੀ ਜ਼ਿੰਦਗੀ ਉਹਨਾਂ ਦੀ ਬਰਬਾਦ ਹੋ ਜਾਣੀ ਆ ਉਹਨਾਂ ਤੇ ਅੱਤਵਾਦ ਦਾ ਜਿਹੜਾ ਕੇਸ ਪੈਣਾ ਸਾਰੀ ਜ਼ਿੰਦਗੀ ਉਹਨਾਂ ਦੀ ਖਤਮ ਨਾਲ ਮਾਂ ਪਿਓ ਦੀ ਖਤਮ ਨਾਲ ਰਿਸ਼ਤੇਦਾਰਾਂ ਨੂੰ ਵੀ ਪੁਲਿਸ ਨੇ ਭਜਾਈ ਫਿਰਨਾ ਸਾਰੀ ਜ਼ਿੰਦਗੀ ਉਹਨਾਂ ਦੀ ਖਰਾਬ ਹੋ ਗਈ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਗਲਤ ਅੰਸਰਾਂ ਦੇ ਪਿੱਛੇ ਲਾ ਕੇ ਤੁਸੀਂ ਆਪਣੀ ਜ਼ਿੰਦਗੀ ਤੋਂ ਨਾ ਭਟਕੋ ਜ਼ਿੰਦਗੀ ਪਰਮਾਤਮਾ ਇਕਰਾ ਦਿੰਦਾ ਤੇ ਆਪਾਂ ਨੂੰ ਚੰਗੇ ਢੰਗ ਨਾਲ ਜੂਣੀ ਚਾਹੀਦੀ ਤੇ ਜਿਹੜੀ ਬੰਦੇ ਦੀ ਜੂਨ ਹਵੀ ਵਿਅਕਤੀ ਉਹ ਇਹ ਆਪਾਂ ਬੜੇ ਚੰਗੇ ਕਰਮ ਕੀਤੇ ਹੁਣ ਤੇ ਫੇਰ ਪ੍ਰਮਾਤਮਾ ਬੰਦੇ ਦੀ ਜੂਨ ਚ ਆਪਾਂ ਨੂੰ ਪਾਉਂਦਾ ਤੇ ਆਪਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਇਹ ਪ੍ਰਾਣੀਆਂ ਰਵਾਇਤੀ ਪਾਰਟੀਆਂ ਨੇ ਗਲਤ ਰਾਹ ਤੇ ਜਿਹੜਾ ਸਾਡੇ ਸਮਾਜ ਦੇ ਵਿੱਚ ਨੌਜਵਾਨਾਂ ਨੂੰ ਪਾਇਆ ਉਹਨਾਂ ਨੂੰ ਵੀ ਸੁਧਾਰਨ ਲਈ ਮਾਨ ਸਰਕਾਰ ਪੂਰੀ ਵਾਹ ਲ ਆ ਰਹੀ ਆ ਵੇਖੋ ਜਿਹੜਾ ਕੋਈ ਗਲਤ ਕੰਮ ਕਰੂਗਾ ਕਾਨੂੰਨ ਨੂੰ ਆਪਦੇ ਹੱਥ ਚ ਲਊਗਾ ਸਾਡੇ ਲੋ ਇੱਕ 0% ਵੀ ਉਹਨਾਂ ਨੂੰ ਰਾਤ ਨਹੀਂ ਦਿੱਤੀ ਜਊਂਗਾ ਮੈਂ ਖੁਦ ਆਪਣੀ ਗੱਲ ਕਰਾਂ ਆ ਹੀਰੋਨ ਸਮੈਗ ਦੀ ਤੁਸੀਂ ਗੱਲ ਕੀਤੀ ਇਲੈਕਸ਼ਨ ਤੋਂ ਪਹਿਲਾਂ ਮੈਂ ਹਰ ਸਟੇਜ ਤੋਂ ਹਰ ਪਿੰਡ ਦੇ ਵਿੱਚ ਆਪਦੇ ਸ਼ਹਿਰ ਦੀ ਹਰੇਕ ਵਾਰਡ ਦੇ ਵਿੱਚ ਹਰ ਮੈਂ ਸਟੇਜ ਦੇ ਉੱਤੋਂ ਇਹ ਕਹਿੰਦਾ ਰਿਹਾ ਕਿ ਜਿੰਨੇ ਹੀਰੋਨ ਸਮੈਗ ਵਿੱਚ ਨਹੀਂ ਆ ਉਹ ਸਾਨੂੰ ਵੋਟ ਨਾ ਪਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਅਸੀਂ ਹੀਰੋਨ ਸਮੈਗ ਨਹੀਂ ਵਿਗੰਦੇਣੀ ਤੇ ਵੀਰ ਜੀ ਵੇਖੋ ਉਹਨਾਂ ਵੋਟਾਂ ਪਾਈਆਂ ਵੀ ਸਾਨੂੰ ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਜਿਹੜਾ ਬੰਦਾ ਅੱਜ ਇਹ ਗੱਲ ਕਹੀ ਜਾਂਦਾ ਕਿ ਜਿੰਨੇ ਹਰੋਨਸ ਮੈਗ ਵਿੱਚ ਨਹੀਂ ਸਾਨੂੰ ਵੋਟ ਨਾ ਪਾਇਓ ਤੇ ਕੱਲ ਨੂੰ ਇਹ ਜਿੱਤ ਕੇ ਕਿੱਥੋਂ ਵੀ ਕੰਦਊਗਾ ਮੈਂ ਇਸ ਗੱਲ ਦੇ ਬਾਰੇ ਪੂਰਾ ਸਖਤਿਆਂ ਪੁਲਿਸ ਅਫਸਰਾਂ ਨੂੰ ਵੀ ਇਹ ਨਿਰਦੇਸ਼ ਕੀਤੇ ਆ ਪੱਟੀ ਹਲਕੇ ਦੇ ਵਿੱਚ ਕਿ ਜੇ ਕੋਈ ਸਾਡਾ ਆਗੂ ਵੀ ਕਿਸੇ ਹਰੋਨ ਸਮੈਕ ਵਾਲੇ ਦੇ ਗੈਂਗਸਟਰ ਵਾਲ ਦੇ ਮਗਰ ਗੈਂਗਸਟਰ ਵਾਲ ਦੀ ਸ਼ਿਫਾਰਿਸ਼ ਕਰਦਾ ਤੇ ਪਿਛਾ ਸਾਡੇ ਆਗੂਆਂ ਤੇ ਵੀ ਪਰਚਾ ਦਰਜ ਕਰ ਦੋ ਵੇਖੋ ਜਿਹੜੇ ਨੌਜਵਾਨ ਇਸ ਦੁਨੀਆ ਤੋਂ ਚਲ ਗਏ ਆ ਉਹ ਕਿਸੇ ਦੇ ਪੁੱਤ ਸਨ ਕਿਸੇ ਦੇ ਭਰਾ ਕਿਸੇ ਦੇ ਸੁਹਾਗ ਸਨ ਤੇ ਜਦੋਂ ਆਪਦੇ ਘਰ 'ਚ ਇਹੋ ਜੀ ਗੱਲ ਹੋਵੇ ਨਾ ਆਪਦੇ ਘਰ ਨੂੰ ਸੇਕ ਲੱਗੇ ਤੇ ਪਤਾ ਉਦੋਂ ਲੱਗਦਾ ਤੇ ਇਹ ਅੱਗ ਇਹ ਅੱਗੇ ਲੀਡਰ ਨਾਲ ਸਮਝਣ ਕੇ ਵੇਖੋ ਜੇ ਲੋਕ ਰਹਿਣਗੇ ਜੇ ਨੌਜਵਾਨ ਬੱਚੇ ਬੱਚੀਆਂ ਇੱਥੇ ਸਮਾਜ 'ਚ ਰਹਿਣਗੇ ਤੇ ਅਸੀਂ ਵੀ ਇਲੈਕਸ਼ਨ ਲੜ ਲਾਂਗੇ ਅਸੀਂ ਵੀ ਲੀਡਰ ਬਣ ਜਾਾਂਗੇ ਤੇ ਜੇ ਕੋਈ ਲੀਡਰ ਇਹ ਸੋਚੇ ਨਾ ਕਿ ਆਂਡ ਗਵਾਂਡ ਤੇ ਬੱਚੇ ਨਸ਼ਾ ਕਰਦੇ ਆ ਜਾਂ ਮੇਰੇ ਇਲਾਕੇ ਦੇ ਕਰਦੇ ਆ ਮੈਨੂੰ ਕੀ ਮੇਰੇ ਕਿਹੜੇ ਘਰਚੇ ਇਹੋ ਜੀ ਗੱਲ ਆ ਵੇਖੋ ਇਹ ਇਹੋ ਜੀ ਆਗਿਆ ਇਹਦੇ ਸੇਕ ਤੋਂ ਕੋਈ ਘਰ ਕੋਈ ਪਰਿਵਾਰ ਨਹੀਂ ਬਚਿਆ ਕਿਸੇ ਦੇ ਚਾਚੇ ਦਾ ਪੁੱਤ ਕਿਸੇ ਦੇ ਮਾਮੇ ਦਾ ਕਿਸੇ ਦੇ ਭੂਆ ਦਾ ਕਿਸੇ ਦਾ ਆਪ ਦਾ ਖੋਦਾ ਬੱਚਾ ਇਸ ਅਗ ਦੇ ਵਿੱਚ ਲਿਫਟਿਆ ਤੇ ਇਹ ਅੱਗ ਪਹਿਲਾਂ ਸਾਡੇ ਪੰਜਾਬ ਚ ਆਈ ਇਲਾਕੇ ਚ ਆਈ ਸਾਡੇ ਸ਼ਹਿਰ ਚ ਆਈ ਸਾਡੇ ਪਿੰਡਾਂ ਚ ਆਈ ਸਾਡੇ ਮਹੱਲਿਆਂ ਚ ਸਾਡੀ ਗਲੀ ਚ ਆਈ ਤੇ ਪਤਾ ਨਹੀਂ ਲੱਗਣਾ ਕਿਹੜੇ ਵਾਲੇ ਕਿਹਦੇ ਘਰੇ ਅੱਗ ਵੱੜ ਜਣੀ ਆ ਤੇ ਜਦੋਂ ਅੱਗ ਲੱਗੇ ਲੱਗੀ ਹੋਵੇ ਤਾਂ ਸੇਕ ਜ਼ਰੂਰ ਲੱਗਦਾ ਭਾਵੇਂ ਰੋਕ ਹੋਣ ਤੇ ਭਾਵੇਂ ਕੋਈ ਇਨਸਾਨ ਅੱਗ ਦੇ ਲਾਗੂ ਦੀ ਨੰਗੇ ਉਹਦਾ ਸੇਕ ਤੇ ਇਹ ਅੱਗ ਬਲਦੀ ਪਈ ਆ ਇਹ ਆਪਾਂ ਸਾਰੇ ਰਲ ਮਿਲ ਕੇ ਇਹ ਕੱਲਾ ਇਹ ਨਹੀਂ ਕਿ ਇੱਕੋ ਪਾਰਟੀ ਕੋ ਸਰਕਾਰ ਇਹਨੂੰ ਬੰਦ ਕਰ ਦੂਗੀ ਇਹਦੇ ਚ ਸਮਾਜ ਦੇ ਹਰੇਕ ਚੰਗੇ ਇਨਸਾਨ ਨੂੰ ਅਵੇਰ ਹੋਣਾ ਪਊਗਾ ਹਰੇਕ ਨੂੰ ਸਾਥ ਦੇਣਾ ਪਊਗਾ ਭਾਵੇਂ ਉਹ ਅਕਾਲੀ ਦਲ ਨਾਲ ਕਾਂਗਰਸ ਨਾਲ ਭਾਜੀਪੀ ਨਾਲ ਭਾਵੇਂ ਸਾਡੀ ਆਮ ਆਦਮੀ ਪਾਰਟੀ ਨਾਲ ਪੁਲਿਸ ਪ੍ਰਸ਼ਾਸਨ ਆ ਜਾਂ ਸਿਵਲ ਪ੍ਰਸ਼ਾਸਨ ਆ ਹਰੇਕ ਨੂੰ ਸਾਥ ਦੇਣਾ ਪਊਗਾ ਫੇਰ ਇਹ ਅੱਗ ਬੁਝ ਸਕਦੀ ਕਿਉਂਕਿ ਇਹ ਅੱਗ ਜਿਹੜੀ ਆ ਇਹ ਗੰਭੀਰ ਰੂਪ ਧਾਰਨ ਕਰ ਚੁੱਕੀ ਆ ਕੱਲੀ ਹੇਰੋਇਨ ਸਮੈਗਨਿਕ ਕੈਮੀਕਲ ਨਸ਼ੇ ਆਉਂਦੇ ਆ ਆ ਕਿਊ ਡਿਕਟ ਗੋਲੀ ਜਿਹੜੀ ਨਸ਼ਾ ਛਡਾਉਣ ਵਾਸਤੇ ਦਿੱਤੀ ਜਾਂਦੀ ਨਸ਼ਾ ਛਡੋ ਕੇਂਦਰਾਂ 'ਚ ਉਹ ਦਿੱਤੀ ਤੇ ਜਾਂਦੀ ਆ ਜੀਭ ਥੱਲੇ ਰੱਖ ਕੇ ਨੌਜਵਾਨ ਜਿਹੜੇ ਉਹ ਹੇਰੋਇਨ ਸਮੈਗ ਛੱਡ ਦੇਣ ਤੇ ਜਿੰਨੀ ਡੋਜ਼ ਦੀ ਜ਼ਰੂਰਤ ਆ ਓਨੀ ਉਹ ਲੈ ਲੈਣ ਗੋਲੀ ਪਰ ਉਹਦਾ ਕੀ ਹੁੰਦਾ ਉਹ ਪੀਪੀਕੇ ਨੌਜਵਾਨ ਟੀਕੇ ਲਾਈ ਜਾ ਰਹੇ ਆ ਬੱਚਿਆਂ ਦੀਆਂ ਜਿਹੜੇ ਹੱਥ ਬਾਹਾਂ 'ਵੰਨੀਆਂ ਪਈਆਂ ਟੀਕਿਆਂ ਦੇ ਨਾਲ ਹੋਰ ਕਈ ਤਰ੍ਹਾਂ ਦੇ ਕੈਪਸੂਲ ਆ ਗਏ ਆ ਇਕੱਲਾ ਇੱਕ ਹੈਰੋਇਨ ਸਮੈਕ ਜਿਹੜੀ ਆ ਉਹਦੇ ਤੋਂ ਬਿਨਾ ਕਈ ਕੈਮੀਕਲ ਨਸ਼ੇ ਆ ਗਏ ਜਿਤਨਾ ਮੋਟਾ ਹੋ ਰਹੀਆਂ ਤੇ ਮਾਨ ਸਰਕਾਰ ਪੂਰੀ ਤਰ੍ਹਾਂ ਸੈਂਸੀਅਰ ਹੈ ਇਹ ਨਸ਼ਾ ਜਿਹੜਾ ਹੀਰਨ ਸਮੈਗ ਦਾ ਜਾਂ ਕੋਈ ਵੀ ਜਾਨ ਲੈਵਾ ਨਸ਼ਾ ਕੋਈ ਵੀ ਮਾੜਾ ਨਸ਼ਾ ਉਹਨੂੰ ਹਰੇਕ ਨੂੰ ਖਤਮ ਕਰਕੇ ਅਸੀਂ ਸਾਹ ਲਵਾਂਗੇ 2027 ਦੇ ਵਿੱਚ ਅਸੀਂ ਵੋਟ ਮੰਗਣ ਫੇਰ ਆਵਾਂਗੇ ਜੇ ਲੋਕਾਂ ਦੀ ਹੱਕ ਰਸੀ ਕਰਾ ਸਕੀ ਜੇ ਲੋਕਾਂ ਦੇ ਹੱਕਾਂ ਤੇ ਪਹਿਰਾ ਦੇ ਸਕੀ ਅਸੀਂ ਇਹ ਵਚਨਬੱਧਿਆ ਜੋ ਅਸੀਂ ਗਰੰਟੀਆਂ ਦਿੱਤੀਆਂ ਜੋ ਅਸੀਂ ਵਾਅਦੇ ਕੀਤੇ ਆ ਉਹ ਪੂਰੇ ਕਰਾਂਗੇ ਬਲਦ ਸਾਬ ਜਿਲ੍ਹਾ ਜਲੰਧਰ ਦੀ ਗੱਲ ਕਰੀਏ ਜਲੰਧਰ ਸ਼ਹਿਰ ਦੇ ਵਿੱਚ ਇੱਕ ਲਥੀਪੁਰਾ ਮਹੱਲਾ ਆ ਤੁ ਸੰਨ 47 ਦੇ ਪਾਕਿਸਤਾਨ ਤੋਂ ਉਜੜੇ ਹੋਏ ਲੋਕ ਆਣ ਕੇ ਉੱਥੇ ਬੈਠੇ ਸੀਗੇ ਥੋੜੀ ਸਰਕਾਰ ਥੋੜਾ ਪ੍ਰਸ਼ਾਸਨ ਇੰਪਰੂਵਮੈਂਟ ਟਰਸਟ ਨੇ ਬਿਨਾ ਕੋਈ ਉਹਨਾਂ ਨੂੰ ਅਗਾਊਂ ਚੇਤਾਵਨੀ ਦਿੱਤੇ ਆ ਮਲਿਆ ਮੀਟ ਕਰਕੇ ਘਰ ਸਾਰੇ ਕਰਕੇ ਰੱਖ ਦਿੱਤੇ ਆ ਵਿਰੋਧੀ ਤੁਹਾਡੇ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਉਹ ਕੱਚ ਘਰੜ ਬੰਦਿਆਂ ਦੇ ਹੱਥਾਂ ਚਲੇਗੀ ਆ ਜਿਨ੍ਹਾਂ ਨੇ ਅੱਜ ਦੁਬਾਰਾ ਤੁਹਾਡੀ ਸਰਕਾਰ ਨੇ ਹੁਣ ਮਾਫੀ ਵੀ ਮੰਗੀ ਆ ਘਰ ਬਣਾ ਕੇ ਦੇਣ ਦੀ ਵੀ ਗੱਲ ਕੀਤੀ ਆ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੂੰ ਪਹਿਲਾਂ ਨਹੀਂ ਸੀ ਇਹ ਪਰਾਲਾ ਕਰਨਾ ਚਾਹੀਦਾ ਉਹਨਾਂ ਦੀ ਰੈਸ਼ ਦਾ ਵੇਖੋ ਜਿਹੜੇ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਆ ਉਹਨਾਂ ਨੂੰ ਪਹਿਲਾਂ ਤੇ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਕੋਟ ਦਾ ਮੈਟਰ ਆ ਕੋਟ ਨੇ ਆਦੇਸ਼ ਦਿੱਤੇ ਆ ਕਿ ਇਹ ਘਰ ਜਿਹੜੇ ਆ ਢਾਕੇ ਤੇ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਹੈ ਉਹਨੂੰ ਦਿੱਤੀ ਜਾਵੇ ਸਰਕਾਰ ਨੂੰ ਅਧਿਕਾਰੀਆਂ ਨੂੰ ਬਿਲਕੁਲ ਨਹੀਂ ਦੱਸਿਆ ਗਿਆ ਪਰ ਵੇਖੋ ਫੇਰ ਵੀ ਜੇ ਢਾਤਾ ਗਲਤੀ ਤੇ ਇੱਕ ਦੋ ਅਧਿਕਾਰੀਆਂ ਦੀ ਤੇ ਉਹਦੀ ਵੇਖੋ ਮਾਫੀ ਸਰਕਾਰ ਨੂੰ ਜੇ ਤੁਸੀਂ ਕਿਹਾ ਵੀ ਮੰਗੀ ਆ ਕਿੱਡਾ ਵੱਡਾ ਦੇ ਲਿਆ ਕਿੱਡੀ ਵੱਡੀ ਗੱਲ ਆ ਤੇ ਫਿਰ ਸਾਡੇ ਮਾਨਜੂ ਕੁ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਜਿਹੜੇ ਘਰ ਟਾਏ ਗਏ ਉਹਨਾਂ ਘਰਾਂ ਦੇ ਮਾਲਕਾਂ ਨੂੰ ਘਰ ਵੀ ਬਣਾ ਕੇ ਦਵਾਂਗੇ ਬੜੀ ਵੱਡੀ ਗੱਲ ਪਹਿਲਾਂ ਸਰਕਾਰਾਂ ਬੰਦੀਆਂ ਰਹੀਆਂ ਲੋਕਾਂ ਦੇ ਘਰ ਵੀ ਢਾਉਂਦੀਆਂ ਰਹੀਆਂ ਬੜਾ ਕੁਝ ਹੁੰਦਾ ਰਿਹਾ ਕਿਸੇ ਨੂੰ ਘਰ ਨਹੀਂ ਬਣਾ ਕੇ ਦਿੱਤਾ ਜਾਂਦਾ ਰਿਹਾ ਮਾਨ ਸਰਕਾਰ ਲੋਕਾਂ ਦੀ ਸਰਕਾਰ ਆ ਲੋਕਾਂ ਨਾਲ ਕਿਸੇ ਵੀ ਥਾਂ ਤੇ ਤੱਕਾ ਨਹੀਂ ਹੁੰਨ ਦਿੱਤਾ ਜਾਵੇਗਾ ਭਾਵੇਂ ਗੱਲ ਜਲੰਧਰ ਦੀ ਹੋਵੇ ਲੁਧਿਆਣੇ ਦੀ ਹੋਵੇ ਪੱਟੀ ਦੀ ਹੋਵੇ ਪਟਿਆਲੇ ਦੀ ਹੋਵੇ ਕਿਤੋਂ ਦੀ ਵੀ ਗੱਲ ਹੋਵੇ ਜਿਹਦਾ ਹੱਕ ਹੋਵੇਗਾ ਉਸ ਬੰਦੇ ਨੂੰ ਉਸ ਇਨਸਾਨ ਨੂੰ ਹੱਕ ਦਿਵਾਇਆ ਜਾਵੇਗਾ ਸਰਦਾਰ ਭਗਵੰਤ ਸਿੰਘ ਮਾਨ ਲੋਕ ਨਾਇਕ ਨੇ ਲੋਕਾਂ ਦੇ ਮੁੱਖ ਮੰਤਰੀ ਨੇ ਲੋਕਾਂ ਦੇ ਵਿੱਚ ਰਹਿੰਦੇ ਨੇ ਵੇਖੋ ਅੱਗੇ ਪਿਛਲੀਆਂ ਸਰਕਾਰਾਂ 'ਚ ਲੋਕਾਂ ਨੇ ਲਾਈਵ ਹੋ ਕੇ ਰੋਲਾ ਪਾਉਣਾ ਧਰਨੇ ਲਾਉਣੇ ਲਾਲਾ ਲਾਲਾ ਕਰਨੀ ਤੱਕੇ ਹੁਣੇ ਨਜਾਇਜ਼ ਪਰਚੇ ਉਹਨੇ ਕਿਤੇ ਸੁਣਵਾਈ ਨਾ ਹੋਣੀ ਮਾਨ ਸਰਕਾਰ ਬਣੀ ਨੂੰ 8 ਮਹੀਨੇ ਹੋ ਗਏ ਆ ਤੁਸੀਂ ਦੱਸੋ ਕਿਸੇ ਨਾ ਵੀ ਤੱਕਾ ਆਵੇ ਜੇ ਤੱਕਾ ਆਇਆ ਤੇ ਜੇ ਉਹਦੀ ਗੱਲ ਸਰਕਾਰ ਤੱਕ ਪਹੁੰਚ ਗਈ ਆ ਭਾਵੇਂ ਫੇਸਬੁੱਕ ਦੇ ਜ਼ਰੀਏ ਪਹੁੰਚ ਗਈ ਆ ਉਸ ਬੰਦੇ ਨਾਲ ਇਨਸਾਫ ਹੋਇਆ ਭਾਵੇਂ ਕੋਈ ਵੀ ਇਨਸਾਨ ਹੋਵੇ ਤੇ ਇੱਥੇ ਵੀ ਇਨਸਾਫ ਹੋਵੇਗਾ ਕਿਸੇ ਨਾਲ ੱਟਕਾ ਨਹੀਂ ਹੋਣ ਦਵਾਂਗੇ ਜੀ ਪੁਲਿਸ ਸਾਹਿਬ ਜੀ ਤੁਹਾਡੇ ਮਹਿਕਮੇ ਦੀ ਗੱਲ ਕਰੀਏ ਕਿ ਟਰਾਂਸਪੋਰਟ ਖਾਸ ਕਰਕੇ ਰੋਡਵੇਜ ਪੀ ਆਰ ਟੀ ਸੀ ਜਾਂ ਤਮਾਮ ਤੁਹਾਡੀ ਸਟੇਟ ਦੀਆਂ ਜਿਹੜੀਆਂ ਏਜੰਸੀਆਂ ਚੱਲ ਰਹੀਆਂ ਨੇ ਪ੍ਰਾਈਵੇਟ ਇਜਾਰੇਦਾਰੀ ਪਿਛਲੇ 20 ਸਾਲ ਦੇ ਵਿੱਚ ਇੰਨੀ ਵਧੀ ਆ ਕਿ ਰੋਡਵੇਜ ਦਾ ਪੱਠਾ ਹੀ ਬੈਠ ਗਿਆ 8 ਮਹੀਨੇ ਦੇ ਵਿੱਚ ਲਾਲਜੀਤ ਭੁੱਲਰ ਨੇ ਕਿਹੜੀ ਯੋਜਨਾ ਨੀਤੀ ਤਿਆਰ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟ ਅਜਾਰੇਦਾਰੀ ਜਿਹੜੀ ਹੈ ਸਟੇਟ ਟਰਾਂਸਪੋਰਟ ਨੂੰ ਜਿਹੜਾ ਉਹ ਮਜ਼ਬੂਤ ਹੋਣ ਦੇ ਲਈ ਵਧੀਆ ਮੰਨੀ ਜਾਵੇ ਸਭ ਤੋਂ ਪਹਿਲਾ ਕੰਮ ਤੇ ਇਹ ਕੀਤਾ ਕਿ ਅੱਗੇ ਕੀ ਹੋਣਾ ਇੱਕ ਪਰਮਿਟ ਤੇ ਤਿੰਨ ਤਿੰਨ ਚਾਰ ਚਾਰ ਬੱਸਾਂ ਚੱਲਣੀਆਂ ਜਾਂ ਕਈਆਂ ਦਾ ਇਦਾਂ ਹੋਣਾ ਕਿ ਪੰਜ ਪਰਮਿਟ ਆ ਤੇ ਬੱਸਾਂ ਉਹਦੇ 'ਚ ਐਡ ਕਰਾਈਆਂ ਹੋਣੀਆਂ ਸੱਤ ਅੱਠ ਕਿ ਸਾਡੀ ਬੱਸ ਜੇ ਖਰਾਬ ਹੋ ਗਈ ਦੂਜੀਆਂ ਬੱਸਾਂ ਚੱਲ ਪਣਗੀਆਂ ਹੁਣ ਸਭ ਤੋਂ ਵੱਡੀ ਮੇਨ ਪਾਲਿਸੀ ਤੇ ਕੀ ਕੀਤੀ ਆ 1 ਬੱਸ 1 ਪਰਮਿਟ ਭੀ ਇੱਕ ਬੱਸ ਤੇ ਇੱਕ ਪਰਮਿਟ ਹੀ ਚੜੂਗਾ ਉਹੋ ਹੀ ਬੱਸ ਚੱਲੇਗੀ ਜਿਹੜਾ ਨੰਬਰ ਪਰਮਿਟ ਤੇ ਚੜਿਆ ਦੂਜੇ ਨੰਬਰ ਤੇ ਜਿਹੜੇ ਇਹਨਾਂ ਨੇ ਰੂਟ ਵਧਾਏ ਸਨ ਕਿ 5566 ਪਰਮਿਟ ਕਲੱਬ ਕਰਕੇ ਜਿਵੇਂ ਬੱਸ ਬਠਿੰਡੇ ਤੋਂ ਚੱਲਦੀ ਆ ਤੇ ਆਉਂਦੀ ਆ ਹਰੀਕੇ ਤੱਕ ਦੂਜਾ ਪਰਮਿਟ ਇਹਨਾਂ ਨੇ ਇਧਰੋਂ ਅੰਮ੍ਰਿਤਸਰ ਤੋਂ ਲੈ ਕੇ ਹਰੀਕੇ ਤੱਕ ਆਉਂਦਾ ਉਹਨਾਂ ਦੋਨੋਂ ਨੂੰ ਕਲੱਬ ਕਰਕੇ ਜੋੜ ਕੇ ਤੇ ਇੱਕੋ ਪਰਮਿਟ ਬਣਾ ਲੈਣਾ ਬਾਸ ਇੱਕ ਚੱਲਣੀ ਤੇ ਪਰਮਿਟ ਦੋਵੇਂ ਉਸੇ ਬਾਸ ਤੇ ਚੱਲਣੇ ਉਹ ਵੀ ਸਾਰਾ ਕੁਝ ਖਤਮ ਕਲੱਬਿੰਗ ਵੀ ਖਤਮ ਕਰਤੀ ਆ ਵਨ ਬਸ ਵਨ ਪਰਮਿਟ ਇੱਕ ਵਾਸਤੇ ਇੱਕੋ ਪਰਮਿਟ ਹੋਵੇਗਾ ਇਹ ਨਹੀਂ ਹੋਵੇਗਾ ਕਿ ਦੋ ਦੋ ਤਿੰਨ ਤਿੰਨ ਪਰਮਿਟ ਜੋੜ ਕੇ ਤੇ ਇੱਕ ਵਾਸ ਹੀ ਉਹ ਉਸ ਪਰਮਿਟ ਤੇ ਚੱਲੇ ਦੂਜੇ ਨੰਬਰ ਤੇ ਜਿਹੜੇ ਦੋ ਨੰਬਰ ਚ ਇਹਨਾਂ ਨੇ ਆਪਦੇ ਇਚਿਆ ਤਿਆਂ ਨੂੰ ਆਪ ਹੀ ਪਰਮਿਟ ਤੁਸੀਂ ਵੇਖਿਆ ਦੋ ਤਿੰਨ ਦਿਨ ਪਹਿਲਾਂ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਨੂੰ ਬੱਸਾਂ ਚੱਲਦੀਆਂ ਸਨ 73 ਪਰਮਟ ਉਹ ਪਿਛਲੇ 25 ਸਾਲ ਲਗਾਤਾਰ ਚੱਲਦੀਆਂ ਰਹੀਆਂ ਉਹ ਵੀ ਬੰਦ ਕੀਤੇ ਆ ਹੋਰ ਵੀ ਜਿਹੜੀਆਂ ਬਿਨਾਂ ਟੈਕਸ ਤੋਂ ਬੱਸਾਂ ਚੱਲਦੀਆਂ ਸਨ ਉਹ ਬੰਦ ਕੀਤੀਆਂ ਜਿਨ੍ਹਾਂ ਪਿਛਲੇ ਸਮੇਂ 'ਚ ਡਿਫਾਲਟਰ ਸਨ ਲਾਕਡਾਊਨ ਸਮੇਂ ਤੋਂ ਜਾਂ ਪਹਿਲਾਂ ਦੇ ਉਹਨਾਂ ਨੂੰ ਉਹਨਾਂ ਦੀ ਮੰਗ ਤੇ ਟਰਾਂਸਪੋਰਟਰਾਂ ਦੀ ਮੰਗ ਤੇ ਅਮਨੇਸਟੀ ਸਕੀਮ ਲਿਆਂਦੀ ਜਿਦੇ 'ਚ ਪਿਛਲਾ ਕੱਲਾ ਟੈਕਸ ਦੇਣ ਦੀ ਪ੍ਰਪੋਜ਼ਲ ਸੀ ਨਾ ਕੋਈ ਜੁਰਮਾਨਾ ਨਾ ਕੋਈ ਵਿਆਜ ਸਾਰਾ ਕੁਝ ਉਹ ਮਾਫ ਕਰਕੇ ਅਮਨੇਸਟੀ ਦੇ ਵਿੱਚ ਸਿਰਫ ਜਿਹੜਾ ਪੁਰਾਣਾ ਟੈਕਸ ਉਹ ਉਹ ਜਿਹੜੇ ਚੰਗੇ ਟਰਾਂਸਪੋਰਟਰ ਸਨ ਉਹਨਾਂ ਸਾਰਾ ਤਾਰ ਤਾਂ ਉਹ ਵੀ ਬੱਸਾਂ ਚੱਲ ਰਹੀਆਂ ਸਰਕਾਰ ਦਾ ਰੈਵਨਿਊ ਪਿਛਲੀ ਸਰਕਾਰ ਨਾਲੋਂ 45 ਤੋਂ 50% ਇੰਨਾ 8 ਮਹੀਨਿਆਂ 'ਚ ਵਧਿਆ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵਧਾਵਾਂਗੇ ਭਾਵੇਂ ਗੱਲ ਆ ਪਰ ਰਜਿਸਟ੍ਰੇਸ਼ਨ ਦੀ ਕਰ ਲਈਏ ਜਿਹੜੇ ਜੁਰਮਾਨੇ ਪੈਂਦੇ ਆ ਚਲਾਨ ਕੱਟੇ ਜਾਂਦੇ ਆ ਜਾਂ ਬੱਸਾਂ ਦੇ ਟੈਕਸ ਦੀ ਕਾਰਾਂ ਦੇ ਟੈਕਸ ਦੀ ਸਾਰਾ ਕੁਝ ਕੁੱਲ ਮਿਲਾ ਕੇ 45 ਤੋਂ 50% ਪਿਛਲੀ ਸਰਕਾਰ ਨਾਲੋਂ ਇੰਨਾ 8 ਮਹੀਨਿਆਂ ਦੇ ਵਿੱਚ ਵਧਿਆ ਤੇ ਬਹੁਤ ਵਧੀਆ ਢੰਗ ਨਾਲ ਸਾਡਾ ਜਿਹੜਾ ਟ੍ਰਾਂਸਪੋਰਟ ਮਹਿਕਮਾ ਤਰੱਕੀ ਕਰ ਰਿਹਾ ਅੱਗੇ ਨਾਲੋਂ ਇਹ ਆਪੋ ਆ ਸਾਡਾ ਮਹਿਕਮਾ ਆਉਣ ਵਾਲੇ ਸਮੇਂ 'ਚ ਹੋਰ ਤਰੱਕੀ ਤੇ ਲੈ ਕੇ ਆਵਾਂਗੇ ਪਰ ਸਭ ਇੱਕ ਖਾਸ ਕਰਕੇ ਐਨਆਰਆਈ ਭਾਈਚਾਰੇ ਨਾਲ ਜੁੜੀ ਹੋਈ ਗੱਲ ਆ ਅ ਇੰਡੋ ਕੈਨੇਡੀਅਨ ਦੀਆਂ ਬੱਸਾਂ ਜਾ ਕੇ ਦਿੱਲੀ ਦੇ ਬਿਲਕੁਲ ਉਸ ਦਰਵਾਜ਼ੇ ਤੇ ਰੁਕਦੀਆਂ ਜਿੱਥੋਂ ਜਾ ਕੇ ਯਾਤਰੀਆਂ ਨੇ ਅੰਦਰ ਜਾਣਾ ਤੇ ਬਾਹਰੋਂ ਆਏ ਨੇ ਸਿਧਾਂਤ ਕੇ ਬੱਸਾਂ ਜਿੱਥੇ ਬਹਿ ਜਾਣਾ ਤੁਸੀਂ ਤੁਹਾਡੀ ਸਰਕਾਰ ਨੇ ਇਹ ਪ੍ਰਾਲਾ ਕੀਤਾ ਕਿ ਪੀਆਰਟੀਐਸ ਦੀਆਂ ਬੱਸਾਂ ਗਈਆਂ ਪਰ ਤੁਹਾਡੀਆਂ ਬੱਸਾਂ ਜਾਂਦੀਆਂ ਤਾਂ ਉਹ ਬਿਲਕੁਲ ਜਾ ਕੇ ਦਰਵਾਜੇ ਤੇ ਤਾਰਦੀਆਂ ਨੇ ਜਦੋਂ ਵਾਪਸ ਸਵਾਰੀ ਨੇ ਆਣਾ ਹੁੰਦਾ ਤਾਂ ਉਹ ਲਗਭਗ 1.5-2 ਕਿਲੋਮੀਟਰ ਥੱਲੇ ਆਣਾ ਪੈਂਦਾ ਇੱਕ ਬੱਸ ਦੇ ਜ਼ਰੀਏ ਕੀ ਤੁਹਾਡੇ ਕੋਲ ਹਜੇ ਤੱਕ ਕੋਈ ਇਦਾਂ ਦਾ ਇੰਤਜ਼ਾਮ ਨਹੀਂ ਹੋਇਆ ਕਿ ਤੁਹਾਡੀ ਬੱਸ ਵੀ ਜਾ ਕੇ ਉੱਥੇ ਇੰਡੋ ਕਨੇਡੀਅਨ ਦੇ ਬਰਾਬਰ ਲੱਗੇ ਦੇਖੋ ਜਿਹੜਾ 에어ਪੋਰਟ ਹੈ ਪ੍ਰਾਈਵੇਟ ਕੰਪਨੀ ਦਾ ਜੀਐਮ ਆਰ ਇਨਫਰਾ ਦਾ ਉਹ ਉਹਨਾਂ ਨਾਲ ਅਸੀਂ ਲੰਬੇ ਸਮੇਂ ਤੋਂ ਜਦੋਂ ਦੀ ਆਪਾਂ ਬੱਸ ਚਲਾਈ ਦਿੱਲੀ 에ਰਪੋਰਟ ਨੂੰ ਉਦੋਂ ਦਾ ਹੀ ਰਾਬਤਾ ਕਰ ਰਹੇ ਹਾਂ ਉਹਨਾਂ ਨੂੰ ਰਿਕੁਐਸਟ ਵੀ ਭੇਜੀ ਚਿੱਠੀਆਂ ਲਿਖ ਕੇ ਭੇਜੀਆਂ ਕਿ ਸਾਨੂੰ ਵੀ ਟਰਮੀਨਲ ਦੇ ਲਾਗੇ ਜਗ੍ਹਾ ਦਿੱਤੀ ਜਾਵੇ ਜੋ ਵੀ ਰੈਂਟ ਪੈਂਦਾ ਅਸੀਂ ਪੇ ਕਰਨ ਨੂੰ ਤਿਆਰ ਆਂ ਉਹ ਅਜੇ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹਦੇ ਵੱਲੋਂ ਸਾਨੂੰ ਮਿਲਨ ਦਾ ਟਾਈਮ ਤੇ ਜਾਂ ਜਗਾ ਜਿਹੜੀ ਪ੍ਰੋਵਾਈਡ ਕਰਨ ਦਾ ਜੇ ਨਹੀਂ ਦਿੱਤਾ ਗਿਆ ਬਾਕੀ ਜਿਹੜੀ ਬਾਸ ਸਿਆ ਸਵਾਰੀ ਸਾਡੀ ਬਿਲਕੁਲ ਟਰਮੀਨਲ ਦੇ ਅੱਗੇ ਉਤਾਰ ਕੇ ਆਉਂਦੀ ਆ ਥੋੜੀ ਜੀ ਜਿਹੜੀ ਤੁਸੀਂ ਦਿੱਕਤ ਦੱਸੀ ਆ ਭੀ ਵਾਪਸੀ ਤੇ 1 ਕਿਲੋਮੀਟਰ ਲਗਭਗ ਜਿਹੜੀ ਦੂਰ ਖੜਦੀ ਆ ਟਰਮੀਨਲ ਤੋਂ ਉਹ ਵੀ ਅਸੀਂ ਇੱਕ ਤੇ ਕੋਸ਼ਿਸ਼ ਕਰ ਰਹੇ ਆ ਕਿ ਜਲਦੀ ਅਸੀਂ ਟਰਮੀਨਲ ਦੇ ਲਾਗੇ ਆਪਣੀ ਬਾਸ ਨੂੰ ਲੈ ਕੇ ਜਾਈਏ ਜੋ ਵੀ ਸਾਨੂੰ ਰੈਂਟ ਅਦਾ ਕਰਨਾ ਪਵੇ ਅਸੀਂ 에ਅਰਪੋਰਟ ਨੂੰ ਕਰਨ ਨੂੰ ਤਿਆਰ ਆ ਬਾਕੀ ਜਿੰਨਾ ਚਿਰ ਉਹ ਬਾਸ ਟਰਮੀਨਲ ਤੇ ਨਹੀਂ ਜਾਂਦੀ ਉਹਨੇ ਚਿਰ ਲਈ 19 ਦਿਨ ਅਸੀਂ ਆਪਣੇ ਹੋਰ ਕਰਮਚਾਰੀਆਂ ਦਾ ਇੰਤਜ਼ਾਮ ਕਰ ਦਿੰਨੇ ਆ ਤਾਂ ਜੋ ਸਵਾਰੀਆਂ ਦਾ ਜਿਹੜਾ ਸਮਾਨ ਆ ਉਹ ਸਾਡੇ ਕਰਮਚਾਰੀ ਲੈ ਕੇ ਬਸ ਤੱਕ ਪਹੁੰਚਾ ਦੇਣ ਤਾਂ ਜੋ ਸਾਡੇ ਐਨ ਆਰ ਆਈ ਭਰਾਵਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਿਹੜੇ ਐਨ ਆਰ ਆਈ ਭੈਣ ਭਰਾ ਨੇ ਉਹ ਸਾਡੀ ਸਰਕਾਰੀ ਬੱਸ ਤੇ ਕਿਉਂਕਿ ਸਰਕਾਰੀ ਬੱਸ ਸਾਰਿਆਂ ਦੀ ਹੈ ਜਿੰਨੇ ਵੀ ਪੰਜਾਬੀ ਭਾਵੇਂ ਐਨ ਆਰ ਆਈ ਨੇ ਜਾਂ ਇੱਥੇ ਰਹਿੰਦੇ ਆ ਕਿਉਂਕਿ ਸਰਕਾਰ ਦੀ ਬੱਸ ਤੇ ਆਮ ਲੋਕਾਂ ਦੀ ਬੱਸ ਆ ਨਾ ਤੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਸਰਕਾਰੀ বাস ਆ ਪੀ ਆਰਟੀਸੀ ਦੀ ਭਾਵੇਂ ਪਾਨ ਬਸਦੀ 850 ਤੋਂ ਲੈ ਕੇ 1250 ਰੁਪਏ ਤੱਕ ਕਰਾਇਆ ਸਿਰਫ ਜੇ ਆਪਾਂ ਚੰਡੀਗੜ੍ਹ ਤੋਂ ਜਾਣੇ ਆ 8500 ਰੁਪਿਆ ਟਿਕਟ ਤੇ ਜਿਵੇਂ ਜਿਵੇਂ ਆਪਾਂ ਪੰਜਾਬ ਵੱਲ ਨੂੰ ਐਂਟਰ ਕਰੀ ਜene ਜਿਵੇਂ ਅੰਮ੍ਰਿਤਸਰ ਤੋਂ ਆਪਾਂ ਚੱਲਦੇ ਆ ਇੱਥੋਂ 1200 ਤੋਂ 1250 ਦੀ ਟਿਕਟ ਆ ਕਿਉਂਕਿ ਜਿੰਨਾ ਕਿਲੋਮੀਟਰ ਵਾਧੇ ਜਾਣੇ ਉਹਨਾਂ ਰੈਂਟ ਵੀ ਵਧਦਾ ਜਾਣਾ ਤੇ ਜਿਹੜੀ ਪ੍ਰਾਈਵੇਟ ਘਰਾਣੇ ਦੀ ਇੰਡੋ ਕੈਨੇਡੀਅਨ ਵਾਸੀ ਉਹਦਾ 3000 4000 5000 ਤੱਕ ਵੀ ਪ੍ਰਤੀ ਵਿਅਕਤੀ ਸਵਾਰੀ ਤੋਂ ਵਸੂਲਿਆ ਜਾਂਦਾ ਹੀ ਕਿਰਾਇਆ ਤੇ ਜਦੋਂ ਦੀ ਆਪਣੀ ਪਾਸ ਚੱਲੀ ਆ ਉਦੋਂ ਦਾ ਉਹ ਪ੍ਰਾਈਵੇਟ ਘਰਾਣੇ ਦੀ ਜਿਹੜੀ ਇੰਡੋ ਕੈਨੇਡੀਅਨ ਉਹਨਾਂ ਨੇ ਵੀ 1900 ਰੁਪਿਆ ਕਰਤਾ ਪਰ ਲੋਕ ਫਿਰ ਵੀ 190 ਭਾਵੇਂ ਕਰਤਾ 5000 ਤੋਂ ਘਟਾ ਕੇ ਲੋਕ 1942 ਤੇ ਵੀ ਚੜਨ ਤਿਆਰ ਨਹੀਂ ਲੋਕਾਂ ਨੂੰ ਪਤਾ ਵੀ ਭਾਵੇਂ ਸਾਨੂੰ ਘੱਟ ਕਿਰਾਇਆ ਦੇਣਾ ਪਵੇ ਵੱਧ ਦੇਣਾ ਪਵੇ ਜਿਹੜੀ ਪੰਜਾਬ ਸਰਕਾਰ ਦੀ ਬਾਸੇ ਆ ਪੰਨ ਬਾਸ ਪੀਆਰਟੀਸੀ ਵਾਲੀ ਬਾਸੇ ਉਹ ਸਾਡੀ ਆਪਣੀ ਬਾਸੇ ਆ ਤੇ ਲੋਕਾਂ ਨੂੰ ਇਹ ਵੀ ਪਤਾ ਕਿ ਇਹ ਪੈਸੇ ਸਾਡੇ ਪਿੰਡਾਂ ਦੇ ਵਿਕਾਸ ਤੇ ਸਾਡੇ ਸ਼ਹਿਰਾਂ ਦੇ ਵਿਕਾਸ ਤੇ ਲੱਗਣੇ ਆ ਸਾਡਾ ਪੈਸਾ ਸਾਡੇ ਤੇ ਹੀ ਲੱਗਣਾ ਤੇ ਜਿਹੜੀ ਇਹ ਦਿੱਕਤ ਆਉਂਦੀ ਆ ਇਹ ਪਰੇਸ਼ਾਨੀ ਵੀ ਆਪਾਂ ਉੱਥੇ ਕਰਮਚਾਰੀਆਂ ਦੀ ਜਿਹੜੀ ਗਿਣਤੀ ਬਿਲਕੁਲ ਨਵੇਂ ਕਰਮਚਾਰੀ ਲਾ ਕੇ ਉੱਥੇ ਕਰਮਚਾਰੀਆਂ ਦੀ ਗਿਣਤੀ ਵਧਾ ਦਾਂਗੇ ਤਾਂ ਜੋ ਸਾਡੇ ਜਿਹੜੇ ਭੈਣ ਭਰਾ ਐਨਆਰਆਈ ਭੈਣਾ ਭਰਾ ਆਉਣੇ ਆ ਉਹਨਾਂ ਦਾ ਸਮਾਨ ਵਸਤਾ ਕੱਲੋਂ ਤੇ ਉਹਨਾਂ ਨੂੰ ਮੇਰੇ ਐਨਆਰਆਈ ਭੈਣਾ ਭਰਾਵਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹਨਾਂ ਦਾ ਆਪਾਂ ਜਿਹੜਾ ਇਹ ਭਾਰ ਇਸਖਾਲਾ ਕਰ ਦਾਂਗੇ ਪੁੱਲ ਸਰ ਇੱਕ ਗੱਲ ਵਿਧਾਨ ਸਭਾ ਦੇ ਵਿੱਚ ਭਗਵੰਦ ਸਿੰਘ ਮਾਨ ਨੇ ਬੋਲੀ ਸੀ ਕਿ ਰਾਜਾ ਬਰਿੰਗ ਜੀ ਚੁੱਪ ਕਰਕੇ ਬਹਿ ਜਾਓ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲੱਗੀਆਂ ਗੱਲ ਉਹ ਕਿੱਥੇ ਗੱਲ ਤਰੀ ਹੈ। ਵੇਖੋ ਉਹਦੀ ਇਨਕੁਆਰੀ ਜਿਹੜੀ ਆ ਅੱਗੇ ਵੀ ਮੈਂ ਇੱਕ ਦਿਨ ਗੱਲ ਕੀਤੀ ਸੀ ਇਨਕੁਆਰੀ ਜਿਹੜੀ ਆ ਪੈਂਡਿੰਗ ਆ ਜੀ ਜੇ ਕੋਈ ਹੋਵੇਗੀ ਗੱਲ ਤੁਹਾਨੂੰ ਮੈਂ ਪਹਿਲ ਦੇ ਆਧਾਰ ਤੇ ਪਹਿਲਾਂ ਦੱਸਾਂਗਾ ਬਿਲਕੁਲ ਸਾਹਿਬ ਜੋ ਵੀ ਹੋਵੇਗਾ ਸਾਰਿਆਂ ਦੇ ਸਾਹਮਣੇ ਹੋਵੇਗਾ ਜੀ ਜੀ ਬੀਬੀਆਂ ਪਿੰਡਾਂ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਆ ਤੁਹਾਡੇ ਹਜ਼ਾਰ-ਹਜ਼ਾਰ ਰੁਪਏ ਦੀ ਇੰਤਜ਼ਾਰ ਕਰ ਰਹੀਆਂ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵੱਡਾ ਲਾਰਾ ਲਾਇਆ ਸੀ ਇੱਕ ₹20000 ਕਦੋਂ ਮਿਲਦੇ ਦੇਖੋ ਮਾਨ ਸਰਕਾਰ ਲੋਕਾਂ ਦੀ ਸਰਕਾਰ ਆ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਪਹਿਲੀਆਂ ਸਰਕਾਰਾਂ ਮੰਗਣੀ ਕਿ ਚੋਣ ਮੈਨੀਫੈਸਟੋ ਬਣਾਉਣਾ ਤੇ ਸਾਰੇ ਪੇਜ ਭਰ ਦੇਣੇ ਅਸੀਂ ਆ ਵੀ ਦਵਾਂਗੇ ਆ ਵੀ ਦਵਾਂਗੇ ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤੇ ਉਹਨਾਂ ਕਿਆ ਸੀ ਸਾਰਾ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਕਰਜ਼ਾ ਖਤਮ ਹੋਰ ਘਰ ਘਰ ਨੌਕਰੀ ਦੇ ਦੇਣੀ ਆ बड़े ਝੂਠੇ ਵਾਦੇ ਮੈਨੂੰ ਲੱਗਦਾ ਜੇ ਗਿਣੌਣ ਲੱਗੀਏ ਤੇ ਘੰਟਾ ਇੱਕ ਲੱਗ ਜਾਣਾ ਤੇ ਉਹਦੇ ਤੋਂ ਪਹਿਲਾਂ ਬਾਦਲ ਸਰਕਾਰ ਨੇ ਵੀ بڑے ਝੂਠ ਤੇ بڑے ਲਾਰੇ ਲਾ ਲਾ ਕੇ ਸਰਕਾਰਾਂ ਬਣਾਈਆਂ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤਿੰਨ ਗਰੰਟੀਆਂ ਦਿੱਤੀਆਂ ਸੀ ਜਿਹੜੀਆਂ ਮੇਨ ਗਰੰਟੀਆਂ ਦਿੱਤੀਆਂ ਕਿ ਜਿਹੜਾ 300 ਜੂਨਟ ਇੱਕ ਮਹੀਨੇ ਦਾ ਬਿਜਲੀ ਦਾ ਬਿੱਲ ਮਾਫ ਕਰਾਂਗੇ ਉਹ ਕੀਤਾ 50 ਲੱਖ ਪਰਿਵਾਰਾਂ ਦੇ ਕਰੀਬ ਜਿਹੜਾ ਜ਼ੀਰੋ ਬਿੱਲ ਆਇਆ ਉਹਦੇ ਬਾਅਦ ਜਿਹੜੇ ਮਹਲਾ ਕਲੀਨਿਕ ਤੇ ਫ੍ਰੀ ਇਲਾਜ ਫ੍ਰੀ ਟੈਸਟ ਪੰਜਾਬ ਦੇ ਵਿੱਚ 100 ਤੋਂ ਵੱਧ ਮਲਾਕਲੀਨ ਖੁੱਲ ਚੁੱਕੇ ਆਉਣ ਵਾਲੇ ਸਮੇਂ 'ਚ ਹੋਰ ਮਲਾਕਲੀਨ ਵੀ ਖੁੱਲਣਗੇ ਲੋਕਾਂ ਦਾ ਇਲਾਜ ਵੀ ਫ੍ਰੀ ਹੋ ਰਿਹਾ ਤੀਜੀ ਗੱਲ ਜਿਹੜੀ 1000 ਰੁਪਿਆ ਜਿਹੜਾ ਤੁਸੀਂ ਬੀਪੀਆਂ ਦੀ ਗੱਲ ਕੀਤੀ ਆ ਉਹ ਵੀ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਕਿ ਕੋਈ ਜੀ ਸਮੇਂ ਦੇ ਵਿੱਚ ਜਿਹੜਾ ਉਹ ਬੀਪੀਆਂ ਨੂੰ ਉਹ ਵੀ ਤੋਹਫਾ ਛੇਤੀ ਦਵਾਂਗੇ ਜੋ ਗਰੰਟੀਆਂ ਦਿੱਤੀਆਂ ਉਹ ਪੂਰੀਆਂ ਕਰਾਂਗੇ ਦੂਜੀਆਂ ਸਰਕਾਰਾਂ ਵਾਂਗ ਨਹੀਂ ਵੀ ਝੂਠੇ ਲਾਰੇ ਝੂਠੇ ਵਾਦੇ ਕਰਕੇ 1000 ਰੁਪਿਆ ਜਿਹੜਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਲਦੀ ਐਲਾਨ ਕਰਨਗੇ ਵਧੀਆ ਛੇਤੀ ਹੋਵੇਗਾ ਬੀਪੀਆਂ ਦੇ ਹੱਕ ਤੇ ਹਿੱਤ ਜਿਹੜੇ ਜੋ ਵਾਦੇ ਕੀਤੇ ਉਹ ਪੂਰੇ ਹੋਣਗੇ ਇੱਕ ਮੁੱਲ ਦਾ ਸਵਾਲ ਜੁੜਿਆ ਹੋਇਆ ਪੰਜਾਬ ਦੇ ਸਿੱਖ ਕਿਤੇ ਦੇ ਨਾਲ 2015 ਦਾ ਵਿਅਦਵੀ ਕਾਂਡ ਜਿਹਦੇ ਤੇ ਤਿੰਨ ਸਰਕਾਰਾਂ ਲਗਭਗ ਜਾਂ ਤਿੰਨ ਮੁੱਖ ਮੰਤਰੀ ਜਿਹੜੇ ਉਹ ਚਲੇ ਗਏ ਕੈਪਟਨ ਮਰਿੰਦਰ ਸਿੰਘ ਦੀ ਗੱਲ ਕਰ ਲੋ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਉਹ ਚਰਨਜੀਤ ਚੰਨੀ ਦੀ ਗੱਲ ਕਰ ਲੋ ਹੁਣ ਭਗਵੰਤ ਸਿੰਘ ਮਾਨ ਨੇ ਜਿਹੜਾ ਉਹ ਸਿੱਖਾਂ ਦਾ ਰਿਸ਼ਤਾ ਜਕਮਿਆਕ ਤੁਹਾਡੇ ਸਪੀਕਰ ਸਾਹਿਬ ਕਹਿ ਕੇ ਆਏ ਸੀ ਕਿ ਡੇਢ ਮਹੀਨੇ ਦੇ ਵਿੱਚ ਸਰਕਾਰ ਦੀ ਕਾਰਜਕਾਰੀ ਨਜ਼ਰ ਆਜੂਗੀ ਸਮਾਂ ਲੰਘ ਚੁੱਕਾ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਦਾ ਜਾਂ ਕਹਿ ਸਕਦੇ ਕਿ ਵਿਅਦਵੀ ਕਾਂਡ ਦਾ ਕੋਈ ਹੱਲ ਹੋ ਸਕਦਾ ਕਿ ਜਾਂ ਸਰਕਾਰਾਂ ਇਦਾਂ ਮੁੱਦਾ ਬਣਾ ਕੇ ਰੱਖਣਗੀਆਂ ਮੇਕੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਵੀ ਅੱਜ ਮੈਂ ਆ ਗੁਰੂ ਮਹਾਰਾਜ ਕਰਕੇ ਆ ਮੈਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਕੁ ਜ਼ਿਆਦਾ ਮੰਨਦਾ ਵੀ ਸਾਰਾ ਕੁਝ ਮੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੇ ਅੱਜ ਲਾਲਜੀਤ ਭੁੱਲ ਰੈਐਮਐਲਏ ਮੰਤਰੀ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਆ ਤੇ ਜਿਨ੍ਹਾਂ ਨੇ ਸਾਡੇ ਪਿਤਾ ਦੀ ਬੇਦਬੀ ਕੀਤੀ ਆ ਗੁਰੂ ਮਹਾਰਾਜ ਦੀ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਮਾਨ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ੇਗੀ ਭਾਵੇਂ ਉਹ ਬਾਦਲ ਪਰਿਵਾਰ ਹੋਵੇ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਭਾਵੇਂ ਚਰਨਜੀਤ ਚੰਨੀ ਜਾਂ ਕੋਈ ਹੋਰ ਵੀ ਉਹਦੇ ਵਿੱਚ ਅੰਮਲੋ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬੇਅਦਬੀ ਦੇ ਦੋਸ਼ੀ ਸਾਹਮਣੇ ਆਉਣਗੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣਗੀਆਂ ਬੋਲੋ ਸਾਬ ਜਿਲ੍ਹਾ ਜਲੰਧਰ ਦਾ ਪਿੰਡ ਬਿਲਗਾ ਜਿੱਥੋਂ ਮੈਂ ਨਿਵਾਸੀ ਹਾਂ ਗਦਰੀ ਬਾਬਿਆਂ ਦਾ ਪਿੰਡ ਆ ਤੁਹਾਡਾ ਪਿਛੇ ਸਾਡੇ ਹਲਕਾ ਵ代ਕ ਇੰਦਰਜੀਤ ਕੁਰਮਾਨ ਨੇ ਤੁਹਾਡੇ ਨਾਲ ਰਾਬਤਾ ਕਰਕੇ ਫਗਵਾੜਾ ਤੋਂ ਬਿਲਗਾ ਬਾਯਾ ਤਲਵਨ ਰੂਟ ਚਾਲੂ ਕਰਵਾ ਦਿੱਤਾ ਲੋਕ ਬਾਬਾ ਕਰ ਰਹੇ ਨੇ ਪਰ ਐਡਾ ਵੱਡਾ ਦੇਸ਼ ਭਗਤਾਂ ਦਾ ਪਿੰਡ ਹੋਵੇ ਲੁਧਿਆਣਾ ਸਾਨੂੰ ਲਾਗੇ ਪੈਂਦਾ ਜਲੰਧਰ ਲਾਗੇ ਪੈਂਦਾ ਜਿਹੜੇ ਰੂਟ ਸਾਡੇ ਚੱਲਦੇ ਸੀ ਬੰਦ ਹੋਏ ਨੇ ਇੱਕ ਬਿਲਗੇ ਦਾ ਨਿਵਾਸੀ ਹੋਣ ਦੇ ਖਾਤੇ ਮੈਂ ਤੁਹਾਨੂੰ ਪੁੱਛਦਾ ਵੀ ਇਹ ਜਿਹੜੇ ਗਧਰੀ ਬਾਬਿਆਂ ਦੇ ਪਿੰਡ ਨੂੰ ਇਹ ਦੋ ਵੱਡੇ ਸ਼ਹਿਰਾਂ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਬੱਸ ਕਦੋਂ ਚਾਲੂ ਕਰਵਾ ਦੇਣਗੇ ਵੇਖੋ ਇਹ ਤੇ ਸਾਡਾ ਵੈਸੇ ਹੀ ਫਰਜ਼ ਬਣਦਾ ਕਿ ਜਿਹੜੇ ਵੀ ਰੂਟ ਨੂੰ ਪਿੰਡ ਆ ਭਾਵੇਂ ਸ਼ਹਿਰ ਆ ਨਹੀਂ ਬੱਸਾਂ ਚੱਲਦੀਆਂ ਸਾਡਾ ਫਰਜ਼ ਹੈ ਕਿ ਬੱਸਾਂ ਚਲਾਈਏ ਤੇ ਬਿਲਗੇ ਪਿੰਡ ਬਾਬੇ ਭਗਸੋਂ ਬਿਲਗੇ ਦਾ ਪਿੰਡ ਗਦਰੀ ਬਾਬਿਆਂ ਦਾ ਪਿੰਡ ਆ ਤੇ ਜੇ ਗੱਲ ਕਰੀਏ ਆਪਣੀ 1947 ਦੀ ਆਜ਼ਾਦੀ ਦੀ ਜਿਹੜੀ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਦਾ ਨਿਗ ਮਿਲਿਆ ਉਹਦੇ ਵਿੱਚ ਵੱਡਾ ਯੋਗਦਾਨ ਬਿਲਗੇ ਪਿੰਡ ਦੇ ਮੇਰੇ ਗਦਰੀ ਬਾਬਿਆਂ ਦਾ ਯੋਧਿਆਂ ਦਾ ਜਿਨ੍ਹਾਂ ਨੇ ਪੰਜਾਬ ਖਾਤਰ ਭਾਰਤ ਖਾਤਰ ਆਪਣੇ ਘਰ ਪਰਿਵਾਰ ਸਾਰਾ ਕੁਝ ਤਕਰੀਬਨ ਛੜਤਾ ਵਾਰਤਾ ਤੇ ਵੇਖੋ ਅਮਰੀਕਾ ਦੀ ਧਰਤੀ ਤੇ ਇਹ ਮੈਂ 78 ਉਹਨਾਂ ਯੋਧਿਆਂ ਦੀ ਗੱਲ ਕਰਨ ਲੱਗਾ ਜਿਹੜੇ ਬਾਬੇ ਵਸਾਕਾ ਸੋਣੀ ਬਾਬੇ ਸੋਹਣ ਸੋ ਪੱਕਣੇ ਹੋਣੀ ਇਹ ਜਿਹੜੇ ਗਦਰੀ ਬਾਬੇ ਜਿਨ੍ਹਾਂ ਗਦਰ ਲਹਿਰ ਚਲਾਈ ਤੇ ਇਹ ਲਗਭਗ 1904-5 ਦੇ ਕਰੀਬ ਇਹ ਗਦਰੀ ਬਾਬੇ ਉੱਥੇ ਇਹ ਅਮਰੀਕਾ ਦੇ ਵਿੱਚ ਗਏ ਉੱਥੇ ਮੈਨੂੰ ਇਹ ਪਤਾ ਲੱਗਦਾ ਕਿ ਇਹ ਗਦਰੀ ਬਾਬੇ 5-700 ਕਿੱਲਾ ਪਟੇ ਤੇ ਲੈ ਕੇ 100 ਸਾਲਾ ਪਟੇ 99 ਸਾਲਾ ਪਟੇ ਲੈ ਕੇ ਖੇਤੀ ਕਰਦੇ ਸਨ ਤੇ ਜਦੋਂ ਉੱਥੇ ਇੱਕ ਰੈਸਟੋਰੈਂਟ ਦੇ ਵਿੱਚ ਗਏ ਤੇ ਉੱਥੇ ਰੈਸਟੋਰੈਂਟ ਦੇ ਬਾਹਰ ਲਿਖਿਆ ਸੀ ਇੰਡੀਅਨ ਐਂਡ ਡੌਗ ਨੋਟ ਅਲਾਉਡ ਭੀ ਭਾਰਤੀ ਤੇ ਕੁੱਤੇ ਇਸ ਰੈਸਟੋਰੈਂਟ ਚ ਨਹੀਂ ਆ ਸਕਦੇ ਤੇ ਵੇਖੋ ਸਾਡੇ ਦੇਸ਼ ਦੇ ਉਹ ਬੰਦੇ ਰਾਜ ਕਰਨ ਦੇ ਤੇ ਸਾਡਿਆਂ ਨੂੰ ਉੱਥੇ ਨਫ਼ਰਤ ਕਰਦੇ ਉੱਥੋਂ ਇਹਨਾਂ ਨੇ ਇਹ ਗੱਲ ਦਿਲ ਤੇ ਲਾਈ ਗਦਰ ਲਹਿਰ ਸ਼ੁਰੂ ਹੋਈ ਤੇ ਗਦਰ ਲਹਿਰ ਸ਼ੁਰੂ ਹੋਈ ਉਹ ਗਦਰ ਲਹਿਰ ਸ਼ੁਰੂ ਹੋਣ ਕਰਕੇ ਉਹਦੇ ਬਾਅਦ ਨੌਜਵਾਨ ਯੋਧਿਆਂ ਨੇ ਵਾਗਡੋਰ ਸੰਭਾਲੀ ਤੇ ਕਰਦਿਆ ਕਰਦਿਆਂ ਉੱਥੋਂ ਸਾਡੇ ਸਾਥੀ ਸਾਰੇ ਸਮੁੰਦਰੀ ਜਹਾਜ਼ ਰਹੀਂ ਕਲਕੱਤੇ ਬਜਬਜ ਘਾੜ ਤੇ ਆਏ ਤੇ ਅੰਗਰੇਜ਼ ਸਾਮਰਾਜ ਨੂੰ ਅੰਗਰੇਜ਼ ਗਵਰਨਮੈਂਟ ਨੂੰ ਪਤਾ ਲੱਗ ਗਿਆ ਤੇ ਇਨ੍ਹਾਂ ਯੋਧਿਆਂ ਨੂੰ ਗ੍ਰਿਫਤਾਰ ਕਰਕੇ ਅੰਡੇਮਾਨ ਨਿਕੋਬਾਦ ਕਾਲੇ ਪਾਣੀ ਸਜ਼ਾ ਦਿੱਤੀ ਗਈ ਉਥੇ ਸਾਡੇ ਇਨ੍ਹਾਂ ਯੋਧਿਆਂ ਨੂੰ ਰੋਟੀ ਦੇ ਵਿੱਚ ਕੱਚ ਪਾ ਕੇ ਦਿੱਤਾ ਜਾਂਦਾ ਰਿਹਾ ਪੀ ਕੇ ਕੇ ਹੌਲੀ ਹੌਲੀ ਸਲੋ ਪੌਇਜ਼ਨ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਹੌਲੀ ਹੌਲੀ ਇੱਥੇ ਹੀ ਖਤਮ ਹੋ ਜਾਣ ਤੇ ਇਹਨਾਂ ਦੀ ਜਿਆਦਤੀ ਵੀ ਇੱਥੇ ਹੀ ਨਾਲ ਹੀ ਇਹਨਾਂ ਦੇ ਇਹ ਸਮਾਜੇ ਇਹਨਾਂ ਦੀ ਸਮਾਧ ਦੇ ਨਾਲ ਹੀ ਖਤਮ ਹੋ ਜੇ ਸਾਰਾ ਕੁਝ ਪਰ ਇਹ ਯੋਧੇ ਉਹ ਯੋਧੇ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਪਹਿਲਾ ਜਿਹੜਾ ਕਿਲ ਗੱਡਿਆ ਅੰਗਰੇਜ਼ ਹਕੂਮਤ ਦੇ ਸੀਨੇ ਦੇ ਵਿੱਚ ਇਹ ਇਨਾਂ ਗਦਰੀ ਪਾਪਿਆਂ ਨੇ ਗੱਡਿਆ ਤੇ ਇਨਾਂ ਗਦਰੀ ਪਾਪਿਆਂ ਦੇ ਪਿੰਡ ਨੂੰ ਜਿੰਨੇ ਵੀ ਰੂਟਾਂ ਦੀ ਜ਼ਰੂਰਤ ਹੋਵੇਗੀ ਆਪਾਂ ਇਸ ਸਵੇਰੇ ਹੀ ਮੈਂ ਜਿਹੜੇ ਸਬੰਧਤ ਅਧਿਕਾਰੀ ਹੈ ਉਹਨਾਂ ਨੂੰ ਕਹਿ ਕੇ ਜਿੰਨੇ ਵੀ ਰੂਟ ਇਸ ਪਿੰਡ ਨੂੰ ਚੱਲਦੇ ਆ ਉਹ ਸਾਰੇ ਆਪਾਂ ਚਾਲੂ ਕਰਾਂਗੇ ਇਹਦੇ ਸ਼ਹੀਦ ਸਾਡੇ ਸਿਰ ਦਾ ਮਾਣ ਨੇ ਸਾਡੇ ਸਰਤਾਜ ਨੇ ਸ਼ਹੀਦ ਇਨਾਂ ਸ਼ੀਦਾ ਕਰਕੇ ਅੱਜ ਅਸੀਂ ਸਰਾਣੇ ਥੱਲੇ ਬਾਂ ਦੇ ਕੇ ਸੌਂਨੇ ਆ ਅਸੀਂ ਆਜ਼ਾਦੀ ਦਾ ਨੇਕ ਮਾਰ ਰਹੇ ਆ ਤੇ ਬਿਲਗਾ ਸਾਹਿਬ ਅਸੀਂ ਤੁਹਾਡੇ ਵੀ ਰਿਣੀ ਆ ਕਿ ਤੁਸੀਂ ਇੰਨੀ ਦੂਰੋਂ ਮੇਰੇ ਹਲਕੇ ਤੋਂ ਲਗਭਗ 80-90 ਕਿਲੋਮੀਟਰ ਤੁਹਾਡਾ ਪਿੰਡ ਤੁਹਾਡਾ ਹਲਕਾ ਦੂਰ ਆ ਤੁਸੀਂ ਮੇਰੀ ਇੱਥੇ ਇੰਟਰਵਿਊ ਕਰਨਾ ਇਹ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਨਮਾਣੀ ਨੂੰ ਇਨਾ ਮਾਨ ਬਖਸ਼ਿਆ ਤੇ ਲਗਭਗ ਤੁਸੀਂ 1 ਘੰਟੇ ਤੋਂ ਇੱਥੇ ਮੇਰੇ ਕੋਲ ਇੰਤਜ਼ਾਰ ਵੀ ਕਰ ਰਹੇ ਜੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਤੁਹਾਡਾ ਧੰਨਵਾਦ ਜੀ ਜੀ ਸਰਦਾਰ ਲਾਲਜੀ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਖਾਸ ਕਰਕੇ ਦਿੱਲੀ ਦੇ ਨਾਲ ਜੁੜਿਆ ਹੋਇਆ ਐਨ ਆਰ ਆਈ ਵੀਰਾਂ ਦਾ ਸਵਾਲ ਸੀ ਕਿ ਬਸ ਸਾਨੂੰ ਬਿਲਕੁਲ ਦਰਵਾਜ਼ੇ ਦੇ ਬਾਹਰੋਂ ਕਦੋਂ ਚੱਕੇਗੀ ਉਹਨਾਂ ਨੇ ਮੰਨਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਏਅਰਪੋਰਟ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਇਹ ਵੀ ਮਸਲਾ ਹੱਲ ਕਰ ਦਿੱਤਾ ਜਾਵੇਗਾ ਤੇ ਪ੍ਰਾਈਵੇਟ ਇੰਡੋ ਕੈਨੇਡੀਅਨ ਵਾਂਗੂ ਉੱਥੇ ਪੰਜਾਬ ਰੋਡਵੇਜ ਦੇ ਪਨ ਬਸ ਦੇ ਜਾਂ ਪੀਆਰਟੀਸੀ ਦੇ ਕੁਝ ਮੁਲਾਜ਼ਮ ਖੜਨਗੇ ਜਿਹੜੇ ਕਿ ਥੱਲੇ ਬਸ ਤੱਕ ਲੈ ਕੇ ਆਉਣਗੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਕਿਵੇਂ ਅੱਗੇ ਚੱਲਦੀਆਂ ਨੇ ਸਰਦਾਰ ਲਾਲਜੀਤ ਸਿੰਘ ਭੁੱਲਣਾ ਤਾਂ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੇਣਾ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਉਮੀਦ ਸਾਡੀ ਕੋਸ਼ਿਸ਼ ਸਾਡੀ